ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਾਜ਼ਰੀ ਭਰ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਆਦਿ ਸਹਿਤ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰੂ ਘਰ ਵਿਖੇ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਹੋਇਆ ਸਮਾਗਮ ਕਰਾਉਣ ਵਾਲੇ ਪ੍ਰਬੰਧਕ ਕੀਰਤਨ ਕਰਨ ਵਾਲੇ ਗੁਰਮੁਖ ਅਤੇ ਸੁਣਨ ਵਾਲੇ ਸਾਰੇ ਹੀ ਬਹੁਤ ਵਡਭਾਗੀ ਹਨ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੇ ਨਾਲ ਜੁੜਨ ਦਾ ਪਹਿਲਾ ਤਰੀਕਾ ਹੀ ਇਹ ਦੱਸਿਆ ਕਿ ਕੀਰਤਨ ਰਾਹੀਂ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਹੈ ਗੁਰੂ ਨਾਨਕ ਸਾਹਿਬ ਨੇ ਆਪਣੀ ਗੱਲ ਹੀ ਇੱਥੋਂ ਤੋਰੀ ਕਿ ਅਕਾਲ ਪੁਰਖ ਦੇ ਨਾਲ ਜੁੜਨ ਲਈ ਉਹਦੀ ਸਿਫਤ ਸਲਾਹ ਕਰਨੀ ਉਹਦੀ ਸਿਫਤ ਸਲਾਹ ਕਰਨ ਵਾਲੇ ਗੁਰਮੁਖ ਪੈਦਾ ਕਰਨੇ ਔਰ ਉਹਨਾਂ ਗੁਰਮੁਖਾਂ ਦਾ ਪੰਥ ਤਿੰਨ ਗੱਲਾਂ ਇੱਥੇ ਹੋਈਆਂ ਦਾਸ ਕੋਸ਼ਿਸ਼ ਕਰੂਗਾ ਕਿ ਅੱਧੇ ਘੰਟੇ 'ਚ ਉਹਨਾਂ ਨੂੰ ਰਲਾ ਕੇ ਆਪਾਂ ਗੱਲ ਕਰ ਸਕੀਏ ਔਰ ਤਿੰਨੇ ਬੜੀਆਂ ਮਹੱਤਵਪੂਰਨ ਨੇ ਅੱਜ ਦੇ ਸਮੇਂ ਲਈ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਤੀਸਰੀ ਗੱਲ ਹੋਈ ਹੈ 1978 ਦੇ ਸਾਕੇ ਦੀ ਇਹਦੇ ਨਾਲ ਸੰਬੰਧ ਕੀ ਹੈ ਸਾਡਾ ਅਸੀਂ ਇਤਿਹਾਸ ਨੂੰ ਪਿੱਛੋਂ ਵੀ ਵਿਚਾਰਦੇ ਹਾਂ ਅੱਗੇ ਵੀ ਵਿਚਾਰਦੇ ਹਾਂ ਪਰ ਇਹਨਾਂ ਗੱਲਾਂ ਦਾ ਇਕਲੀ ਸੰਬੰਧ ਅੱਜ ਸਾਡੇ ਨਾਲ ਕੀ ਹੈ ਇਹ ਦੇਖਣ ਵਾਲੀ ਗੱਲ ਹੈ ਦਾਸ ਕੋਸ਼ਿਸ਼ ਕਰੂ ਕਿ ਸਪਸ਼ਟ ਹੋ ਸਕੇ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਕੀਰਤਨ ਨਾਲ ਜੁੜਨ ਦਾ ਉਪਦੇਸ਼ ਦਿੱਤਾ ਉਹਦੇ ਨਾਲ ਨਾਲ ਮਨੁੱਖਤਾ ਦੀ ਬਰਾਬਰਤਾ ਦਾ ਆਦਰਸ਼ ਪ੍ਰਚਾਰ ਕਰਨ ਦਾ ਜਾਤ ਪਾਤ ਰਹਿਤ ਸਮਾਜ ਸਾਰਨ ਦਾ ਅਤੇ ਨਿਰਮਲ ਪੰਥ ਦਾ ਨਿਰਮਾਣ ਕੀਤਾ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧਾਂ ਨੇ ਪਹਿਲੀ ਵਾਰੀ ਜਦੋਂ ਪੁੱਛਿਆ ਕੌਣ ਗੁਰੂ ਜਿਸ ਕਾ ਤੂੰ ਚੇਲਾ ਤਾਂ ਉਹਨਾਂ ਦਾ ਜਵਾਬ ਸੀ ਸ਼ਬਦ ਗੁਰੂ ਸੁਰਤ ਤੂੰ ਚੇਲਾ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਦਸਵੇਂ ਜਾਮੇ ਵਿੱਚ ਆ ਕੇ ਸਾਨੂੰ ਸ਼ਬਦ ਗੁਰੂ ਅਤੇ ਸ਼ਬਦ ਗੁਰੂ ਨੂੰ ਗੁਰਗੱਦੀ ਦੇ ਸਵਾਭਿਮਾਨ ਕਰਕੇ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਗੁਰੂ ਗ੍ਰੰਥ ਗੁਰੂ ਪੰਥ ਸਾਡਾ ਸਿਧਾਂਤ ਹੈ ਪਰ ਇੱਥੇ ਤੱਕ ਗੱਲ ਆਈ ਕਿਵੇਂ ਤਾਂ ਜੀ ਇਸ ਗੱਲ ਨੂੰ ਖਤਮ ਕਿਵੇਂ ਕੀਤਾ ਜਾ ਸਕ ਕੀਤਾ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਬਾਣੀ ਉਸ ਅਕਾਲ ਪੁਰਖ ਦੀ ਉਸਤਤ ਉਹਦੇ ਨਾਲ ਨਾਲ ਪੰਥ ਦਾ ਪ੍ਰਕਾਸ਼ ਵੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਨੂੰ ਐਵੇਂ ਗਰਿਆਈ ਨਹੀਂ ਸੌਂਪੀ ਹੈ ਅਸੀਂ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ ਮੈਂ ਬਹੁਤ ਵਾਰੀ ਗੱਲ ਦੁਹਰਾਈ ਹੈ ਪਰ ਅਸੀਂ ਅਧੂਰੀ ਗੱਲ ਕਰਕੇ ਛੱਡ ਜਾਂਦੇ ਹਾਂ ਅਸਲ ਗੱਲ ਨੋਟ ਕਰਨ ਵਾਲੀ ਹੈ ਕਿਉਂਕਿ ਰਹਿਤ ਮਰਿਆਦਾ ਲਿਖਣ ਵਾਲਿਆਂ ਨੇ ਆਪ ਨਹੀਂ ਲਿਖੀ ਉਹਨਾਂ ਨੇ ਜਿਹੜਾ ਸਿਧਾਂਤ ਸੀ ਉਹੀ ਦਰਸਾਇਆ ਔਰ ਉਹ ਬਹੁਤ ਜ਼ਰੂਰੀ ਹੈ ਸਾਡੇ ਸਾਰਿਆਂ ਦੇ ਸਮਝਣ ਵਾਲਾ ਤਿਆਰ ਪੁਰ ਤਿਆਰ ਸਿੰਘਾਂ ਦੇ ਸਮੂਹ ਨੂੰ ਗੁਰੂ ਪੰਥ ਕਹਿੰਦੇ ਆ ਇਹਦੀ ਤਿਆਰੀ 10 ਗੁਰੂ ਸਾਹਿਬਾਨ ਨੇ ਕੀਤੀ ਇਕੱਲੇ ਗੁਰੂ ਨਾਨਕ ਸਾਹਿਬ ਇਹ ਚੱਲਦਾ ਸਾਡੀ ਜਿਹੜਾ ਸਾਡਾ ਸਿਧਾਂਤ ਕੀ ਹੈ ਜੋ ਤੋਹਾ ਜੁਗਤ ਸਾਏ ਸਹਿ ਖਾਇਆ ਫਿਰ ਪਲਟੀਏ ਇਹਦੀ ਤਿਆਰੀ 10 ਗੁਰੂ ਸਾਹਿਬਾਨ ਨੇ ਕੀਤੀ ਉਹਨੂੰ ਅੰਤਿਮ ਸਰੂਪ ਦੇ ਕੇ ਦਸ਼ਮੇਸ਼ ਪਿਤਾ ਨੇ ਗਰਿਆਈ ਵੀ ਸੌਂਪੀ ਗੁਰੂ ਗ੍ਰੰਥ ਗੁਰੂ ਪੰਥ ਦਾਸ ਅਰਜ ਕਰ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ ਮੇਨ ਸਿਧਾਂਤ ਸਾਡਾ ਹੈ ਜਿਹੜਾ ਜੋਤ ਹੋਵਾ ਜੁਗਤ ਸਾਏ ਸਹਿ ਕਾਇਆ ਪੇਰ ਫਲਟੀਏ ਨਵਾਂ ਹੀ ਪਾਤਸ਼ਾਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਥ ਦਾ ਪ੍ਰਕਾਸ਼ ਵੀ ਨਾਲ ਦੀ ਨਾਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ 4 ਵਾਰੀ ਲਫ਼ਜ਼ ਪੰਥ ਆਉਂਦਾ ਔਂਕੜ ਤੋਂ ਬਿਨਾਂ ਕੋ 50 ਕੁ ਵਾਰੀ ਪੰਥ ਲਫ਼ਜ਼ ਆਉਂਦਾ ਔਂਕੜ ਦੇ ਨਾਲ
ਲੈਣੇ ਪੰਥ ਧਰਮ ਕਾ ਕੀ ਹੈ। ਉਸ ਵੇਲੇ ਕੌਮ ਦਾ ਕਨਸੈਪਟ ਨਹੀਂ ਸੀ। ਪੰਥ ਜੋ ਹੈ ਇਹ ਸਿੱਖ ਕੌਮ ਲਈ ਵਰਤਿਆ ਹੋਇਆ ਸੰਕੇਤਕ ਸ਼ਬਦ ਹੈ, ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਨਿਰਮਲ ਪੰਥ ਚਲਾਇਆ ਉਦੋਂ ਕੌਮ ਦਾ ਕਨਸੈਪਟ ਨਹੀਂ ਸੀ। ਇਸ ਕਰਕੇ ਪੰਥ ਨੂੰ ਸੰਕੇਤਕ ਰੂਪ ਵਿੱਚ ਸਿੱਖ ਕੌਮ ਲਈ ਹੀ ਵਰਤਿਆ ਜਾਂਦਾ ਹੈ। ਸਿੱਖ ਕੌਮ ਦਾ ਕੌਮੀ ਸਰੂਪ ਖਾਲਸਾ ਪੰਥ ਹੀ ਹੈ। ਸੋ ਦਾਸ ਅਰਜ ਕਰ ਰਿਹਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੇ ਹੁਕਮ ਨਾਲ, ਜਦੋਂ ਉਹਨਾਂ ਨੇ ਇਹ ਨਹੀਂ ਕਿ ਗੁਰੂ ਨਾਨਕ 'ਤੇ ਗੱਲ ਮੁੱਕੀ ਨਹੀਂ ਹੈ ਪਰ ਅੱਜ ਨਿਬੇੜੀ ਜਾ ਰਹੀ ਹੈ ਕਿ ਗੱਲ ਸਿਰਫ ਗੁਰੂ ਨਾਨਕ ਦੀ ਕਰੋ, ਉਦੋਂ ਗਾਲ ਹੀ ਬੰਦ ਕਰ ਦਿਓ। ਡਾਕਟਰ ਸਾਹਿਬ ਨੇ ਬੜੀ ਪਿਆਰੀ ਗੱਲ ਕੀਤੀ ਹੈ ਕਿ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਗੁਰੂ ਨਾਨਕ ਹੋਰ ਸੀ, ਗੁਰੂ ਗੋਬਿੰਦ ਸਿੰਘ ਹੋਰ ਸੀ ਜਾਂ ਉਹਨਾਂ ਦੀ ਵਿਚਾਰਧਾਰਾ। ਇਹ ਬਹੁਤ ਹੀ ਮਹੱਤਵਪੂਰਨ ਗੱਲ ਡਾਕਟਰ ਸਾਹਿਬ ਨੇ ਜਿਹੜੀ ਕੀਤੀ ਹੈ ਸਾਡੇ ਸਮਝਣ ਵਾਲੀ ਹੈ। ਸਰੀਰਕ ਤੌਰ 'ਤੇ ਭੌਤਿਕ ਸਰੀਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ, ਉਹਨਾਂ ਨੇ ਜਦੋਂ ਭਾਈ ਲਹਿਣੇ ਨੂੰ ਗੁਰਗੱਦੀ ਸੌਂਪੀ, ਉਹਨਾਂ ਨੇ ਜਿੰਨਾ ਚਿਰ ਅਕਾਲ ਪੁਰਖ ਦੀ ਜੋਤ ਨਾਨਕ ਦੇ ਸਰੀਰ 'ਚ ਰਹੀ, ਭਾਈ ਲਹਿਣਾ ਉਹਨਾਂ ਨੂੰ ਮੱਥਾ ਟੇਕਦਾ ਰਿਹਾ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤ ਭਾਈ ਲਹਿਣੇ 'ਚ ਟਿਕਾ ਦਿੱਤੀ, ਭਾਈ ਲਹਿਣੇ ਨੇ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਮੱਥਾ ਟੇਕ ਦਿੱਤਾ। ਮੱਥਾ ਜੋਤ ਨੂੰ ਟਿਕਦਾ, ਸਰੀਰ ਨੂੰ ਨਹੀਂ ਹੈ। ਅੱਜ ਅਸੀਂ ਅਰਦਾਸ ਕਰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹਦੇ 'ਚੋਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਵੱਖ ਕੀਤਾ ਹੀ ਨਹੀਂ ਜਾ ਸਕਦਾ ਅਤੇ ਨਾ ਪੰਥ ਨੂੰ ਵੱਖ ਕੀਤਾ ਜਾ ਸਕਦਾ, ਪੰਥ ਨੂੰ ਵੀ ਨਹੀਂ ਵੱਖ ਕੀਤਾ ਜਾ ਸਕਦਾ। ਦਾਸ ਬੇਨਤੀ ਕਰੇ ਕਿ ਇਹ ਜਿਹੜੇ ਸਾਡੇ 'ਤੇ ਹਮਲੇ ਹੋਏ ਜਾਂ ਇਹਦਾ ਕੀ ਕਾਰਨ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਕਿਹੜਾ ਸੰਕਲਪ ਆ ਜਿਹਦੇ ਨਾਲ ਸ਼ੁਰੂ ਤੋਂ ਸਾਰਿਆਂ ਨੂੰ ਵਿਰੋਧ ਰਿਹਾ, ਉਹ ਸੰਕਲਪ ਕੀ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜੇ ਆਦੇਸ਼ ਦਿੱਤੇ ਉਹ ਸਾਰੀ ਸੇਧ ਦਿੱਤੀ, ਉਹੋ ਹੀ ਦਸਾਂ ਗੁਰੂਆਂ ਨੇ ਉਹਨਾਂ ਨੂੰ ਸੰਪੂਰਨਤਾ ਦਿੱਤੀ। ਉਹ ਹੈ ਕਿ ਧਰਮ ਦੀ ਬਰਾਬਰਤਾ ਦੇ ਜਾਂ ਧਾਰਮਿਕ ਆਜ਼ਾਦੀ ਦੇ ਨਾਲ ਨਾਲ ਮਨੁੱਖੀ ਹੱਕਾਂ ਦੀ ਰਾਖੀ ਲਈ ਜੱਦੋ ਜਹਿਦ ਕਰਨ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਬਸ ਇਹੀ ਗੱਲ ਸਾਰਿਆਂ ਨੂੰ ਚੁੱਭਦੀ ਹੈ। ਹੁਣ ਹੋਆ ਹੁਕਮ ਮਿਹਰਬਾਨ ਦਾ, ਮੈਂ ਨਾ ਹੁਕਮ ਹੋਆ ਮਿਹਰਬਾਨ ਦਾ, ਮੈਂ ਨਾ ਕਿਸੇ ਰਵਾਨ ਦਾ, ਸਭ ਸਕਾਲੀ ਬੂਠੀਆਂ ਇਹ ਹੋਆ ਹਲੀਮੀ ਰਾਜੀਓ। ਸੋਰੀ, ਮੈਂ ਕੋਈ ਨਾ ਕਿਸੇ ਰਵਾਨ। ਧੰਨਵਾਦ। ਇਹ ਜੋ ਸੰਕਲਪ ਹੈ ਇਹ ਹੈ ਜੱਦੋ ਜਹਿਦ ਦਾ, ਇਹ ਗੱਲ ਮੁੱਕਦੀ ਨਹੀਂ ਕਿ ਮਨੁੱਖੀ ਹੱਕਾਂ ਲਈ ਜੱਦੋ ਜਹਿਦ ਕਰਨ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ 'ਚ ਹੈ। ਔਰ ਇਸੇ ਹੀ ਆਦਰਸ਼ 'ਤੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸ਼ਹਾਦਤ ਦਿੰਦੇ ਆ, ਔਰ ਇਦੋਂ ਪਹਿਲਾਂ ਥੋੜ੍ਹਾ ਜਿਹਾ ਮੁੜ ਗਏ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟ ਗਏ। ਹੁਣ ਇਸ ਜਿਹੜਾ ਸੰਕਲਪ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਜੱਦੋ ਜਹਿਦ ਜਾਰੀ ਰੱਖਣੀ ਹੈ ਮਨੁੱਖੀ ਹੱਕਾਂ ਲਈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਪਾਤਸ਼ਾਹ ਨੇ ਕੀਤੀ ਉੱਥੋਂ ਉਹਨਾਂ ਨੂੰ ਇਹ ਗੱਲ ਚੁਭਣੀ ਸ਼ੁਰੂ ਹੋਈ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਕਾਰਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਸੰਕਲਪ ਹੈ ਧਾਰਮਿਕ ਆਜ਼ਾਦੀ ਔਰ ਮਨੁੱਖੀ ਹੱਕਾਂ ਲਈ ਜੱਦੋ ਜਹਿਦ ਕਰਨ ਦਾ ਸੰਕਲਪ, ਉਹਨੂੰ ਉਹ ਖਤਮ ਕਰਨਾ ਚਾਹੁੰਦੇ ਸੀ। ਸਿੱਖ ਧਰਮ ਵਿੱਚ ਗੁਰੂ ਨਾਨਕ ਦੇ ਚਲਾਏ ਮਿਸ਼ਨ ਵਿੱਚ ਪਹਿਲੀ ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਦੀ ਹੋਈ, ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਿੰਨੇ ਬਾਕੀ ਧਰਮਾਂ ਦੇ ਗ੍ਰੰਥ ਆ ਜਾਂ ਪੈਗੰਬਰ ਆ ਉਹਨਾਂ ਦਾ ਦਰਜਾ ਧਰਮ ਗ੍ਰੰਥਾਂ ਦਾ ਉਹਨਾਂ ਨਾਲੋਂ ਹਮੇਸ਼ਾ ਨੀਵਾਂ ਰਿਹਾ। ਪਰ ਇੱਥੇ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਤਾਂ ਕਾਲਾ ਨੂੰ ਜਦੋਂ ਸੁੱਖ ਆਸਣ ਕਰਨ ਲੱਗੇ ਤਾਂ ਗੁਰੂ ਸਾਹਿਬ ਨੂੰ ਪੁੱਛਦੇ ਕਹਿੰਦਾ ਸੁੱਖ ਆਸਣ ਕਿੱਥੇ ਕੀਤਾ ਜਾਵੇ, ਅਤੇ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਪੋਥੀ ਪਰਮੇਸ਼ਰ ਕਾ ਥਾਨ, ਇਹਨਾਂ ਦਾ ਆਸਣ ਮੇਰੇ ਪਲੰਘ 'ਤੇ ਕਰੋ, ਮੈਂ ਆਪਣਾ ਆਸਣ ਪੁੰਜੇ ਕਰਾਂਗਾ। ਐਸਾ ਹੁੰਦਾ ਆਇਆ। ਇਹ ਸਾਡਾ ਜਿਹੜਾ ਸੰਕਲਪ ਹੈ ਇਸ ਸੰਕਲਪ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਕੌਮ ਨੂੰ
ਇਹਦੇ 'ਚ ਕੋਈ ਅਦਲਾ ਬਦਲੀ ਵੀ ਨਹੀਂ ਕਰ ਸਕਦਾ। ਦਾਸ ਬੇਨਤੀ ਕਰੇ ਕਿ ਅੱਜ ਜੋ ਕੋਈ ਮਰਜ਼ੀ ਕਰੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਸਿਧਾਂਤ ਦੇ ਗਏ ਗੁਰੂ ਗ੍ਰੰਥ ਗੁਰੂ ਪੰਥ ਦਾ, ਉਹਦੇ 'ਚ ਅਦਲਾ ਬਦਲੀ ਕਰਨ ਦਾ ਅਧਿਕਾਰ ਕਿਸੇ ਕੋਲ ਵੀ ਨਹੀਂ ਹੈ। ਅਗਲੀ ਗੱਲ, ਇਹ ਜਿਹੜਾ ਸਿਧਾਂਤ ਸੀ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ, ਇਸ ਸਿਧਾਂਤ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਬੰਦਾ ਸਿੰਘ ਬਹਾਦਰ ਨੂੰ ਖਾਲਸਾ ਫੌਜਾਂ ਦਾ ਜਰਨੈਲ ਬਣਾਇਆ। ਮੈਂ ਬਿਲਕੁਲ ਗੱਲ ਨੇੜੇ ਲਿਆਉਣਾ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਇੱਥੇ ਤੱਕ ਹੋ ਗਿਆ ਕਿ ਸਿੱਖ ਦਿਸਣੇ ਨਹੀਂ ਚਾਹੀਦੇ, ਜਿਹੜੇ ਥੋੜ੍ਹੇ ਬਹੁਤ ਰਹਿ ਗਏ ਉਹਨਾਂ ਨੂੰ ਜੰਗਲਾਂ 'ਚ ਲੁਕਣ ਛਿਪਾਂ 'ਚ ਜਾ ਕੇ ਗੁਜ਼ਾਰਾ ਕਰਨਾ ਪਿਆ। ਪਰ ਉਹ ਨਾਰਾ ਕੀ ਲਾਉਂਦੇ ਆ, ਰਾਜ ਕਰੇਗਾ ਖਾਲਸਾ, ਰਹਿਣ ਨੂੰ ਥਾਂ ਨਹੀਂ ਹੈ। ਔਰ ਮਗਰ ਹੇੜਾਂ ਵਾਂਗੂ ਉਹਨਾਂ ਦੇ ਫੌਜੀ ਟੂਟੀਆਂ ਲੱਗੀਆਂ ਹੋਈਆਂ, ਔਰ ਸਿੱਖਾਂ ਦੀ ਜੇ ਸਹੀ ਦੇਖੀਏ ਤਾਂ ਇੱਕ ਪੀੜ੍ਹੀ ਜੰਗਲਾਂ 'ਚ ਬਲੀ ਹੈ। ਪਰ ਉਹ ਕਹਿੰਦੇ ਰਾਜ ਕਰੇਗਾ ਖਾਲਸਾ। ਆਪਾਂ ਸਾਰਿਆਂ ਨੇ ਦੇਖਿਆ 1739 'ਚ ਸਭ ਤੋਂ ਪਹਿਲਾਂ ਨਾਦਰ ਸ਼ਾਹ ਦਿੱਲੀ 'ਤੇ ਹਮਲਾ ਕਰਦਾ, ਲੁੱਟ ਕੇ ਲੈ ਜਾਂਦਾ। ਪਰ ਰਸਤੇ 'ਚ ਉਸ ਵੇਲੇ ਤੱਕ ਸਿੱਖ ਜਿਹੜੇ ਆ ਉਹ ਗਰੀਲਾ ਜੰਗ ਲੜਨ ਲਈ ਸਿੱਧੇ ਮੱਥੇ ਤਾਂ ਲੜ ਨਹੀਂ ਸਕਦੇ, ਪਰ ਉਹਨਾਂ ਨੇ ਗੁਰੂ ਦੇ ਇਸ ਆਸ਼ੇ ਦੇ ਵਿਸ਼ਵਾਸ ਕਰਕੇ ਕਿ ਰਾਜ ਕਰੇਗਾ ਖਾਲਸਾ, ਉਹਨਾਂ ਆਪਣਾ ਸੰਘਰਸ਼ ਨਹੀਂ ਛੱਡਿਆ। ਰਹਿਣ ਨੂੰ ਥਾਂ ਨਹੀਂ, ਖਾਣ ਨੂੰ ਰੋਟੀ ਨਹੀਂ, ਫਲ ਫਤਿਹ ਖਾ ਕੇ ਗੁਜ਼ਾਰਾ ਕਰਦੇ ਆ, ਬੱਚੇ ਬਿਮਾਰ ਹੋ ਜਾਏ ਦਵਾਈ ਨਹੀਂ, ਪਰ ਕਹਿੰਦੇ ਰਾਜ ਕਰੇਗਾ ਖਾਲਸਾ। ਨਾਦਰ ਸ਼ਾਹ ਨੇ ਜਦੋਂ ਉਹਨੇ ਪੁੱਛਿਆ ਜ਼ਕਰੀਆ ਖਾਨ ਨੂੰ ਇਹ ਬੰਦੇ ਕੌਣ ਆ, ਉਹ ਕਹਿੰਦੇ ਜੀ ਇਹਨਾਂ ਦਾ ਇੱਦਾਂ ਇੱਦਾਂ ਮੁਰਸ਼ਦ ਲਫਜ ਵਰਤਦੇ ਆ ਹੋਇਆ, ਉਹ ਇਹਨਾਂ ਨੂੰ ਐਸੀ ਕੁ ਆਬੇ ਹਾਤ ਪਲਾ ਗਿਆ ਅਤੇ ਇਹ ਨਾ ਡਰਦੇ ਆ ਨਾ ਸਾਡੇ ਇਹ ਮਾਰਿਆਂ ਮੁੱਕੇ ਆ, ਪਰ ਇਹ ਗੱਲ ਇੱਕ ਜ਼ਰੂਰ ਕਹਿੰਦੇ ਰਾਜ ਕਰੇਗਾ ਖਾਲਸਾ। ਉਹ ਕਹਿੰਦਾ ਵੀ ਇਹਨਾਂ ਤੋਂ ਬਚ ਜਾਏ ਕਰਨਗੇ ਵੀ। ਸਾਰੀ ਦੁਨੀਆ ਨੇ ਦੇਖਿਆ ਕਿ ਸਿੱਖਾਂ ਨੇ ਉਸ ਸਥਿਤੀ 'ਚੋਂ ਉੱਠ ਕੇ ਰਾਜ ਕੀਤਾ। ਉੱਥੇ 800 ਸਾਲ ਦੀ ਮੁਗਲੀਆ ਹਕੂਮਤ ਦਾ ਰਾਜ, ਉਹਨੂੰ ਹਿੰਦੁਸਤਾਨ ਕਹਿ ਲਓ, ਉਹਨੂੰ ਭਾਰਤ ਕਹਿ ਲਓ, ਜੇ ਕਿਤੇ ਰਾਜ ਕੀਤਾ ਤਾਂ ਸਿੱਖਾਂ ਨੇ ਕੀਤਾ। ਜਦੋਂ ਸਾਰਾ ਭਾਰਤ ਗੁਲਾਮ ਸੀ ਉਦੋਂ ਸਿੱਖ ਰਾਜ ਕਰਦੇ ਸੀ, ਪਰ ਰਾਜ ਕੀਤਾ ਕਿਵੇਂ? ਜਿਹੜਾ ਸਿਧਾਂਤ ਗੁਰੂ ਦੇ ਗਿਆ, ਗੁਰੂ ਗ੍ਰੰਥ ਗੁਰੂ ਪੰਥ, ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਪਦਵੀ ਨੂੰ ਚੈਲੇਂਜ ਹੋ ਸਕਦਾ, ਅਤੇ ਗੁਰੂ ਪੰਥ 'ਚ ਧੜਾ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਦੁਸ਼ਮਣ ਕਹਿ ਲਓ ਜਾਂ ਸਿੱਖੀ ਨੂੰ ਖਤਮ ਕਰਨ ਵਾਲੇ ਕਹਿ ਲਓ, ਨਾਰਾ ਇੱਕ ਬੰਨੇ ਜ਼ਰੂਰ ਲਾਈ ਜਾਂਦੇ ਕਿ ਸਿੱਖੀ ਦੀ ਨਿਆਰੀ ਹੋਂਦ ਰਹਿਣੀ ਚਾਹੀਦੀ ਹੈ, ਪਰ ਖੁਦ ਹੀ ਨਿਆਰੀ ਹੋਣ ਨੂੰ ਉਹਦਾ ਭੰਗਮਕਰਨ ਕਰੀ ਜਾਂਦੇ ਆ। ਇਹ ਗੱਲ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋਈ, 78 ਵਾਲੀ ਗੱਲ 'ਤੇ ਮੈਂ ਆਉਣ ਲੱਗਾ। ਇਹਨਾਂ ਇਹ ਗੱਲ ਜੁੜਦੀ ਕਿੱਦਾਂ? ਉਹਨਾਂ ਨੇ ਸਿੱਖ ਕੌਮ ਦੇ ਵਿਰੋਧੀਆਂ ਨੇ ਦੇਖ ਲਿਆ ਕਿ ਜਿੰਨਾ ਚਿਰ ਇਹਨਾਂ ਦਾ ਗੁਰੂ ਗ੍ਰੰਥ ਦੀ ਗੁਰੂ ਪਦਵੀ ਅਤੇ ਗੁਰੂ ਪੰਥ ਦੀ ਗੁਰੂ ਪਦਵੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਇਹ ਸਿੱਖ ਖਤਮ ਨਹੀਂ ਹੋਣਗੇ, ਇਹਨਾਂ ਦਾ ਸਿਧਾਂਤ ਤੋੜ ਦਿਓ। ਔਰ ਇਹ ਕਰਨ ਲਈ ਆਜ਼ਾਦੀ ਤੋਂ ਪਹਿਲਾਂ ਸੰਨ 1900 ਵਿੱਚ ਇਹ ਸਾਰੇ ਹਿੰਦੂ ਅੰਦੋਲਨਾਂ ਨੇ ਇਕੱਠੇ ਹੋ ਕੇ ਸੋਚਿਆ ਕਿ ਤਾਂ ਕੁਦਰਤੀ ਗੱਲ ਆ ਕਿ ਅਸੀਂ ਬਹੁਤ ਗਿਣਤੀਆਂ ਰਾਜ ਅਸੀਂ ਕਰਨਾ, ਪਰ ਅਸੀਂ ਕੁਛ ਨਾ ਕੁਛ ਤਾਂ ਆਪਣੇ ਇਤਿਹਾਸ 'ਚੋਂ ਲਿਖਾ ਲਈਏ, ਕਿਉਂਕਿ ਲੱਭਦਾ ਹੀ ਕੁਛ ਨਹੀਂ। 1000 ਸਾਲ ਪੂਰੀ ਜਲਾਲਤ ਕੱਟੀ ਹੈ, ਮੰਦਰ ਲੁੱਟੇ ਗਏ, ਸਭ ਕੁਛ ਹੋਇਆ, ਉਹ ਇਤਿਹਾਸ 'ਚੋਂ ਕੀ ਲੱਭਣਗੇ? ਲੱਭਣਾ ਸ਼ੁਰੂ ਕੀਤਾ। ਉਹਨਾਂ ਨੇ ਇੱਕ ਮਹਾਂਦੇਵ ਰਨਾਡੇ ਜੱਜ ਸੀਗਾ, ਉਹਨੂੰ ਕਿਹਾ ਕਿ ਤੂੰ ਕੁਛ ਨਾ ਕੁਛ ਲਿਖ ਦੇ। ਉਹਨੇ 113 ਸਫ਼ੇ ਦੀ ਕਿਤਾਬ ਲਿਖੀ, ਮਰਾਠਾ ਸ਼ਕਤੀ ਦਾ ਅਥਾਨ, ਪਰ ਉਹ ਐਸੀ ਕਿਤਾਬ ਜਿਹਦਾ ਹਵਾਲਾ ਕੋਈ ਨਹੀਂ, ਕਿਸੇ ਗ੍ਰੰਥ ਦਾ ਹਵਾਲਾ ਨਹੀਂ, ਕਿਸੇ ਇਤਿਹਾਸ ਦਾ ਹਵਾਲਾ ਨਹੀਂ। ਉਹਨੇ ਸਿਰਫ ਸ਼ਿਵਾ ਜੀ ਨੂੰ ਬਣਾ ਕੇ ਆਪਣੇ ਢੰਗ ਦੇ ਨਾਲ 19 ਕਿਤਾਬ ਲਿਖ ਦਿੱਤੀ 113 ਸਫ਼ੇ ਦੀ 1900 ਈਸਵੀ 'ਚ, ਮਰਾਠਾ ਸ਼ਕਤੀ ਦਾ ਅਥਾਨ। ਉਹਨੂੰ ਅੱਗੇ ਤੋਰ ਕੇ ਸਾਰਿਆਂ ਮਰਾਠਿਆਂ ਨੇ ਕਲਮਾਂ ਫੜ ਲਈਆਂ, ਜੋ ਕਿਸੇ ਦਾ ਦਿਲ ਆਇਆ ਲਿਖੀਏ। ਹੁਣ ਇੱਥੇ ਸਵਾਲ ਖੜ੍ਹਾ ਹੋਇਆ ਕਿ ਜਿਹੜਾ ਸਿੱਖ ਕੌਮ ਦਾ ਵਿੱਚ ਰੋਲ ਹੈ, ਇਹਨੂੰ ਖਤਮ ਕਿੱਦਾਂ ਕੀਤਾ ਜਾਵੇ, ਕਿੱਦਾਂ ਖਤਮ ਕਰਨਗੇ? ਇਹ ਸਿੱਖ ਆ ਜਿਨ੍ਹਾਂ ਨੇ, ਕਿਉਂਕਿ 1192 'ਚ ਸਹੀ ਮਹੀਨਿਆਂ 'ਚ ਜਦੋਂ ਦਿੱਲੀ 'ਤੇ ਇਹਨਾਂ ਦਾ ਰਾਜ ਹੋਇਆ, ਉਦੋਂ ਤੋਂ ਇਹਨਾਂ ਦਾ ਮੁਗਲ ਰਾਜ ਗਿਣਿਆ ਜਾਣ ਲੱਗਾ।
ਔਰ 1710 ਈਸਵੀ 'ਚ ਬੰਦਾ ਸਿੰਘ ਬਹਾਦਰ ਇਹਨਾਂ ਦੀਆਂ ਗੋਡੀਆਂ ਲਵਾ ਕੇ ਆਪਣਾ ਰਾਜ ਸਥਾਪਿਤ ਕਰਦਾ, ਮੁੜ ਕੇ ਸਾਰਿਆਂ ਨੇ ਰਲ ਕੇ ਉਹਨੂੰ ਸ਼ਹੀਦ ਕੀਤਾ, ਮੁੜ ਕੇ ਸਿੱਖ ਫੀ ਉੱਠਦੇ ਆ। ਉਸ ਸਿਧਾਂਤ ਨੂੰ ਤੋੜਨ ਲਈ ਇਹਨਾਂ ਨੇ ਰਵਿੰਦਰਨਾਥ ਟੈਗੋਰ ਨੂੰ ਕਿਹਾ। ਅਸੀਂ ਬੜੇ ਖੁਸ਼ ਹੁੰਦੇ ਹਾਂ ਰਵਿੰਦਰਨਾਥ ਟੈਗੋਰ ਨੇ ਇੱਕ ਬੰਦਾ ਸਿੰਘ ਬਹਾਦਰ 'ਤੇ ਕਵਿਤਾ ਲਿਖੀ। ਰਵਿੰਦਰਨਾਥ ਟੈਗੋਰ ਦੀਆਂ ਹਿੰਦੀ 'ਚ ਲਿਖੀਆਂ ਹੋਈਆਂ ਕਿਤਾਬਾਂ ਹੁਣ ਛਪਦੀਆਂ, ਜਿਹ 'ਚ ਪੂਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹੀਨ ਕਰਦਾ, ਔਰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਈ ਚਿੱਠੀਆਂ ਲਿਖ ਚੁੱਕੇ ਆ ਵੀ ਇਹ ਕਿਤਾਬਾਂ ਬੰਦ ਕਰਾਓ, ਪਰ ਕਿਸੇ 'ਤੇ ਕੰਨਾਂ ਦੀ ਜੂ ਨਹੀਂ ਸਰਕਦੀ। ਰਵਿੰਦਰਨਾਥ ਟੈਗੋਰ, ਉਹਨੂੰ ਕਿਹਾ ਗਿਆ ਕਿ ਤੂੰ ਕੋਈ ਪਰਚਾ ਲਿਖ। ਉਹਨੇ 1911 'ਚ ਇੱਕ ਪਰਚਾ ਲਿਖਿਆ ਸਿੱਖ ਸ਼ਕਤੀ ਦਾ ਅਥਾਨ, ਅਤੇ ਨਾਲ ਹੀ ਲਿਖ ਦਿੱਤਾ ਸਿੱਖ ਸ਼ਕਤੀ ਦਾ ਨਿਗਾਰ। ਔਰ ਉਹਦੇ 'ਚੋਂ ਕੀ ਗੱਲ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਨੇ ਬਹੁਤ ਵੱਡੀ ਗਲਤੀ ਕੀਤੀ ਕਿ ਜਿਹੜੀ ਦੇਹਧਾਰੀ ਪ੍ਰਥਾ ਖਤਮ ਕਰਕੇ ਸਿੱਖਾਂ ਨੂੰ ਇੱਕ ਕਿਤਾਬ ਦੇ ਲੜ ਲਾ ਦਿੱਤਾ, ਅਤੇ ਜਿਹੜਾ ਧਰਮ ਦਾ ਪ੍ਰਚਾਰ ਸੀ ਰੁਕ ਗਿਆ, ਕਿਉਂਕਿ ਧਰਮ ਦਾ ਪ੍ਰਚਾਰ ਕੇਵਲ ਦੇਹਧਾਰੀ ਗੁਰੂ ਹੀ ਕਰ ਸਕਦਾ। ਉਸ ਪਰਚੇ 'ਤੇ ਬਹੁਤ ਘੱਟ ਬੰਦਿਆਂ ਨੇ ਆਲੋਚਨਾ ਕੀਤੀ, ਪਰ ਹਰਿੰਦਰ ਸਿੰਘ ਮਹਿਬੂਬ ਹੋਣੀ, ਸਰਦਾਰ ਗੁਰਤੇਜ ਸਿੰਘ ਇਹਨਾਂ ਨੇ ਰਲ ਕੇ ਉਹਦਾ ਜਵਾਬ ਵੀ ਲਿਖਿਆ। ਹੁਣ ਆਪਾਂ ਆ ਜਾਈਏ, ਕਿ ਟਾਈਮ ਬਹੁਤ ਥੋੜ੍ਹਾ, 1978 'ਤੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਚੈਲੰਜ ਕਰਵਾ ਚੁੱਕੇ ਆ, ਪਰ ਇਹਨੂੰ ਖਤਮ ਕਿੱਦਾਂ ਕੀਤਾ ਜਾਵੇ? ਅੰਮ੍ਰਿਤਸਰ ਸਿੱਖਾਂ ਦਾ ਗੜ੍ਹ ਹੋਵੇ, ਸਾਡਾ ਸਰਵਉੱਚ ਸਥਾਨ ਹੋਵੇ, ਉੱਥੇ ਵਿਸਾਖੀ ਦਾ ਦਿਨ ਮਨਾਇਆ ਜਾਂਦਾ ਹੋਵੇ, ਜਾ ਰਿਹਾ ਹੋਵੇ। ਮੌਕੇ ਦੀ ਸਰਕਾਰ ਅਕਾਲੀ ਭਾਜਪਾ ਉਹਨਾਂ ਦੀ ਪੂਰੀ ਮਿਲੀ ਭਗਤ ਦੇ ਨਾਲ ਨਿਰੰਕਾਰੀ ਨੂੰ ਲਿਆਂਦਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਚੈਲੰਜ ਕਰਨ ਲਈ। ਅਸੀਂ ਸਿਰਫ ਇਹ ਤਾਂ ਸਮਝਦੇ ਹਾਂ ਵੀ ਸ਼ਾਇਦ ਨਿਰੰਕਾਰੀ ਕਾਂਡ ਸੀ, ਨਿਰੰਕਾਰੀ ਕਾਂਡ ਤੋਂ ਬਹੁਤ ਵੱਡੀ ਗੱਲ ਸੀ, ਬਹੁਤ ਵੱਡੀ ਗੱਲ ਸੀ। ਉਹ ਕੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਚੈਲੰਜ ਕਰਨਾ। ਪੰਜਾਬ ਸਰਕਾਰ ਦੀ ਮਿਲੀ ਭੁਗਤ ਹੈ, ਕੇਂਦਰ ਸਰਕਾਰ ਦੀ ਪਿੱਛੋਂ ਇੱਕ ਸਾਜਿਸ਼ ਹੈ ਜਿਹੜੀ ਪਿੱਛੋਂ ਚੱਲੀ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਕਿੱਦਾਂ ਖਤਮ ਕਰਨਾ। 1978 ਨੂੰ ਵਿਸਾਖੀ ਵਾਲੇ ਦਿਨ ਜਲੂਸ ਦੇ ਵਿੱਚ ਨਿਰੰਕਾਰੀ ਨੂੰ ਦੇਹਧਾਰੀ ਗੁਰੂ ਵਜੋਂ ਬੜਬੜੀਆਂ ਪਾਲਕੀਆਂ 'ਚ ਬਾਲਿਆ ਜਾ ਰਿਹਾ, ਔਰ ਨਾਅਰੇ ਕੀ ਲਾਏ ਜਾ ਰਹੇ ਆ ਕਿ ਸਿੱਖੋ ਤੁਹਾਡਾ ਗ੍ਰੰਥ ਇੱਕ ਕਾਗਜ਼ਾਂ ਦਾ ਥੱਬਾ ਆ, ਅਸਲ ਗੁਰੂ 'ਤੇ ਆ ਜਾਂਦਾ। ਇਹ ਗੱਲ ਨੋਟ ਕਰਨਾ ਆਈ ਸੀ। 1978 'ਚ ਸਾਡੇ 13 ਸਿੰਘ ਸ਼ਹੀਦ ਹੋਏ, ਆਪਾਂ ਸਾਰਾ ਇਹ ਸਾਕਾ ਸੁਣਿਆ, ਪਰ ਉਹਨਾਂ ਨੇ ਅਸੀਂ ਇਸ ਬੰਨੇ ਨੂੰ ਲਿਆ ਵੀ ਨਿਰੰਕਾਰੀ ਕਾਂਡ ਆ, ਉਦੋਂ ਬਾਅਦ 1984 ਦਾ ਸਾਕਾ ਵਾਪਰਿਆ, ਪਰ ਉਹਨਾਂ ਨੇ ਆਪਣੀ ਪਲੈਨਿੰਗ ਨਹੀਂ ਛੱਡੀ। ਉਸ ਦਿਨ ਤੋਂ ਬਾਅਦ ਗਿਣੀ ਮਿਥੀ ਸਾਜ਼ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਕਰਾਉਣੀ ਸ਼ੁਰੂ ਕੀਤੀ ਕਿ ਇਹ ਇੱਕ ਆਮ ਜੀ ਗੱਲ ਹੋ ਜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਵੱਡੀ ਗੱਲ ਨਹੀਂ, ਜਿੱਦਾਂ ਦੇ ਬਾਕੀ ਗ੍ਰੰਥ ਆ ਉੱਦਾਂ ਹੀ ਇਹਨਾਂ ਦਾ ਗ੍ਰੰਥ। ਸਾਡੇ ਦੂਜੇ ਬੰਨੇ ਪੰਥ ਦੀ ਗਰਿਆਈ ਬਿਲਕੁਲ ਖਤਮ ਕਰਤੀ ਪ੍ਰਕਾਸ਼ ਸਿੰਘ ਬਾਦਲ ਨੇ, ਉਹਨੇ ਪੰਥ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਪੰਥ ਦੀ ਗਰਿਆਈ ਤਾਂ ਇੱਕ ਬੰਨੇ ਰਹਿ ਗਈ, ਪੰਥ ਦਾ ਵਜੂਦ ਹੀ ਖਤਮ ਕਰ ਦਿੱਤਾ। ਅਸੀਂ ਅੱਜ ਕਿਹੜੇ ਪੰਥ ਦੀ ਗੱਲ ਕਰਦੇ? ਪੰਥ ਦਾ ਵਜੂਦ ਖਤਮ ਕਰ ਦਿੱਤਾ ਗਿਆ, ਔਰ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ 1978 ਤੋਂ ਅੱਜ ਤੱਕ ਨਿਰੰਤਰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਹੋ ਰਹੀ ਹੈ। ਜਿਸ ਗੁਰੂ ਗ੍ਰੰਥ ਸਾਹਿਬ ਨੂੰ ਆਰਮੀ 'ਚ ਓਨਰ ਸਲੂਟ ਦਿੱਤਾ ਜਾਂਦਾ ਸੀ, ਅੱਜ ਵੀ ਅਸੀਂ ਹਰਿਮੰਦਰ ਸਾਹਿਬ ਬੜੇ ਸਤਿਕਾਰ ਨਾਲ, ਇੱਥੇ ਵੀ ਅਸੀਂ ਬੜਾ ਸਤਿਕਾਰ ਕਰਦੇ, ਪਰ ਉਹਨਾਂ ਨੇ ਸਾਨੂੰ ਦੱਸਣ ਲਈ ਥਾਂ ਥਾਂ 'ਤੇ ਬੇਅਦਬੀ ਕਰਕੇ ਕਿ ਇਹ ਗ੍ਰੰਥ ਗੁਰੂ ਨਹੀਂ ਹੈ, ਗੁਰੂ ਗ੍ਰੰਥ ਦੀ ਗੁਰੂ ਪਦਵੀ ਵੀ ਖਤਮ ਕਰ ਦਿੱਤੀ, ਸਾਡਾ ਪੰਥ ਦਾ ਵਜੂਦ ਵੀ ਖਤਮ ਕਰ ਦਿੱਤਾ। ਔਰ ਲੜਾਈ ਜਿਹੜੀ ਸੀ ਸਾਰੀ, ਉਹ ਸਾਰੀ ਸਿੱਖਾਂ ਦੇ ਵਿੱਚ ਆ ਪਾ ਦਿੱਤੀ। ਹੁਣ ਜਿਹੜਾ ਆਖਰੀ ਹੱਲਾ ਸਾਡੇ 'ਤੇ ਹੋ ਰਿਹਾ, ਦਾਸ ਇੱਕ ਬੇਨਤੀ ਕਰੇ ਕਿ ਨਿਰੰਤਰਤਾ ਹੈ ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਤੱਕ, ਇਹ ਨਿਰੰਤਰਤਾ ਨੂੰ ਤੋੜਿਆ ਨਹੀਂ ਜਾ ਸਕਦਾ। ਕਿਉਂ ਨਹੀਂ ਤੋੜਿਆ ਜਾ ਸਕਦਾ? ਪਹਿਲੇ ਪੜਾਅ 'ਚ ਜਾਤ ਪਾਤ ਖਤਮ ਕਰਕੇ ਇੱਕ ਸਮਾਜ ਇਹੋ ਜਿਹਾ ਸਿਰਜਿਆ ਜਾਂਦਾ ਜਿਹਨੂੰ ਨਾਨਕ ਨਿਰਮਲ ਪੰਥ ਕਿਹਾ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ,
ਛੇਵੇਂ ਪਾਤਸ਼ਾਹ ਬਕਾਇਦਾ ਦਿੱਲੀ ਦੇ ਤਖ਼ਤ ਨੂੰ ਚੈਲੰਜ ਕਰਦੇ ਆ। ਪਹਿਲੀ ਵਾਰ ਇਤਿਹਾਸ 'ਚ ਚੈਲੰਜ ਕੀਤਾ ਤੋਂ ਸਿੱਖ ਗੁਰੂ ਅਕਾਲ ਤਖ਼ਤ ਨੂੰ ਹੋਇਆ। ਅਕਾਲ ਤਖ਼ਤ ਤੋਂ ਬਾਅਦ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਦੱਸ ਕਰਿਆ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਪ ਹੈ, ਸ਼ਹਾਦਤ ਹੁੰਦੀ ਹੈ ਨਵੇਂ ਪਾਤਸ਼ਾਹ ਦੀ, ਉਸ ਤੋਂ ਬਾਅਦ ਆ ਵਿਸਾਖੀ ਨੂੰ ਹੁਣ ਇਹ ਜੋੜ ਰਹੇ ਆ ਜਲ੍ਹਿਆਂਵਾਲੇ ਬਾਗ ਦੀ ਵਿਸਾਖੀ ਦੇ ਨਾਲ। ਜੇ ਇਹਨੂੰ ਜੋੜਨਾ ਤਾਂ 1978 ਦੀ ਵਿਸਾਖੀ ਨਾਲ ਜੋੜੋ, ਇਹਦੇ ਨਾਲ ਜੋੜੋ। ਜਲ੍ਹਿਆਂਵਾਲੇ ਬਾਗ ਨਾਲ ਵਿਸਾਖੀ ਦਾ ਕੋਈ ਕੰਸਰਨ ਹੀ ਨਹੀਂ ਹੈ। ਅਤੇ ਜਾਂ ਫਿਰ ਉਸ ਵਿਸਾਖੀ ਨਾਲ ਜੋੜੋ ਜਿਹੜੀ ਵਿਸਾਖੀ ਦਾ ਸਾਡਾ ਸਿਧਾਂਤ ਕੀ ਸੀ। ਵਿਸਾਖੀ ਦੇ ਪਿੱਛੇ ਇੱਕ ਬੜਾ ਵੱਡਾ ਸਾਡਾ ਇਤਿਹਾਸ ਆ। ਜਦੋਂ ਵਿਪਰਵਾਦੀਆਂ ਨੇ ਤਿਉਹਾਰ ਵੀ ਵੰਡ ਲਏ, 5 ਮਿੰਟ 'ਚ ਗੱਲ ਕਰ ਦੂੰਗਾ ਜੀ, ਬ੍ਰਾਹਮਣਾਂ ਨੇ ਵਿਸਾਖੀ, ਖੱਤਰੀਆਂ ਨੇ ਦੁਸਹਿਰਾ, ਵੈਸ਼ਾਂ ਨੇ ਦਿਵਾਲੀ ਅਤੇ ਸ਼ੂਦਰਾਂ ਦੀ ਹੋਲੀ ਵੰਡ ਲਏ। ਔਰ ਹਰਿਦੁਆਰ ਵਿਸਾਖੀ 'ਤੇ ਮੇਲਾ ਲੱਗਦਾ। ਉਸ ਵਿਸਾਖੀ ਦੇ ਮੇਲੇ 'ਤੇ ਗੁਰੂ ਨਾਨਕ ਸਾਹਿਬ ਜਾਂਦੇ, ਪਹਿਲੀ ਜੋਤ, ਪਹਿਲੀ ਪਾਤਸ਼ਾਹੀ। ਉੱਥੇ ਜਾ ਕੇ ਕਰਮ ਕਾਂਡਾਂ ਦਾ ਖੰਡਨ ਕਰਦੇ ਆ। ਡਾਕਟਰ ਸਾਹਿਬ ਨੇ ਵਿਸਾਖੀ ਸੁਣਾਈ, ਆਪਾਂ ਸਾਰਿਆਂ ਨੇ ਸੁਣੀ ਹੈ ਕਿ ਸੂਰਜ ਨੂੰ ਪਾਣੀ ਨਹੀਂ ਪਹੁੰਚ ਸਕਦਾ। ਕਰਮ ਕਾਂਡਾਂ ਦਾ ਖੰਡਨ ਕਰਦਿਆਂ ਕਰਦਿਆਂ ਸਾਰਾ ਪ੍ਰਚਾਰ ਜਿਹੜਾ ਇਹ ਕਰਮ ਕਾਂਡਾਂ ਦਾ ਖੰਡਨ ਕਰਨ 'ਤੇ ਲੱਗਾ। ਵਿਪਰਨ ਦੀ ਰੀਤ ਨੂੰ ਪੂਰਨ ਤੌਰ 'ਤੇ ਰੱਦ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। ਕਿ ਜਿਹੜੇ ਅੱਜ ਕਹਿੰਦੇ ਆ ਗੁਰੂ ਨਾਨਕ ਹਿੰਦੂ ਆ, ਇਹ ਪਤਾ ਨਹੀਂ ਇਹ ਕਿਸ ਸੋਚ ਨਾਲ ਕਹਿੰਦੇ ਆ। ਇਹ ਅੱਜ ਗੱਲ ਇੱਥੋਂ ਸ਼ੁਰੂ ਕਰਦੇ ਆ ਕਿ ਗੁਰੂ ਨਾਨਕ ਨੇ ਹਿੰਦੂ ਪਰਿਵਾਰ 'ਚ ਜਨਮ ਲਿਆ। ਅਤੇ ਦਾਸ ਇੱਕ ਬੇਨਤੀ ਕਰੇ ਕਿ ਹਜ਼ਰਤ ਮੂਸਾ ਨੇ ਬੁੱਤ ਪ੍ਰਸਤਾਂ ਦੇ ਘਰ ਜਨਮ ਲਿਆ, ਪਰ ਆਪਣਾ ਧਰਮ ਚਲਾਇਆ ਯਹੂਦੀ। ਈਸਾ ਮਸੀਹ ਨੇ ਯਹੂਦੀਆਂ ਦੇ ਘਰ ਜਨਮ ਲਿਆ, ਉਹਨੇ ਆਪਣਾ ਧਰਮ ਚਲਾਇਆ ਈਸਾਈ ਧਰਮ। ਮੁਹੰਮਦ ਸਾਹਿਬ ਕੁਰੈਸ਼ੀਆਂ ਦੇ ਘਰ ਪੈਦਾ ਹੋਏ, ਉਹਨਾਂ ਨੇ ਆਪਣਾ ਧਰਮ ਚਲਾਇਆ ਇਸਲਾਮ ਧਰਮ। ਜੇ ਸਾਰੇ ਇੱਕ ਧਰਮ 'ਚ ਪੈਦਾ ਹੋ ਕੇ ਦੂਜੇ ਆਪਣਾ ਧਰਮ ਚਲਾ ਸਕਦੇ ਆ, ਤਾਂ ਫਿਰ ਗੁਰੂ ਨਾਨਕ ਹਿੰਦੂ ਪਰਿਵਾਰ 'ਚ ਪੈਦਾ ਹੋ ਕੇ ਸਿੱਖ ਧਰਮ ਕਿਉਂ ਨਹੀਂ ਚਲਾ ਸਕਦਾ? ਇੱਕ ਗੱਲ ਫਿਰ ਗੱਲੀ ਬਾਤੀ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੇ ਮੁੱਢ ਤੋਂ ਹਰ ਰਿੰਦੂ ਰੋਹ ਰੀਤ ਨੂੰ ਕੱਟਿਆ। ਜਨੇਊ ਪਾਉਣ ਲੱਗੇ, ਇਹ ਗੱਲ ਤਾਂ ਆਪਾਂ ਸਾਰਿਆਂ ਨੇ ਸੁਣ ਲਈ, ਪਰ ਇਹਦੇ 'ਚ ਇੱਕ ਹੋਰ ਵੀ ਬੜੀ ਵੱਡੀ ਗੱਲ ਸੀ। ਗੁਰੂ ਨਾਨਕ ਪਾਤਸ਼ਾਹ ਨੇ ਪੰਡਿਤ ਹਰਦਿਆਲ ਨੂੰ ਕਿਹਾ ਕਿ ਤੁਸੀਂ ਮੇਰੇ ਜਨੇਊ ਕਿਉਂ ਪਾਉਣ ਲੱਗੇ? ਉਹ ਕਹਿੰਦੇ ਕਿ ਤੈਨੂੰ ਧਰਮ 'ਚ ਦਾਖਲ ਕਰਨਾ, ਇਹ ਜਨੇਊ ਪਾਉਣ ਦੇ ਨਾਲ ਤੁਸੀਂ ਧਰਮ 'ਚ ਆ ਜਾਂਦੇ ਹੋ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਮੇਰੀ ਨਾਨਕੀ ਭੈਣ ਮੇਰੇ ਨਾਲ 5 ਸਾਲ ਵੱਡੀ, ਪਹਿਲਾਂ ਉਹਦੇ ਪਾਓ। ਜੇ ਜਨੇਊ ਪਾਉਣ ਨਾਲ ਹੀ ਬੰਦਾ ਧਰਮ 'ਚ ਆਉਂਦਾ ਹੈ ਅਤੇ ਮੇਰੀ ਭੈਣ ਮੇਰੇ ਨਾਲੋਂ ਵੱਡੀ ਹੈ, ਉਹਦੇ ਜਨੇਊ ਕਿਉਂ ਨਹੀਂ ਪਾਉਂਦੇ? ਉਹ ਕਹਿੰਦੇ ਜੀ ਉਹਨੂੰ ਸ਼ੂਦਰ ਸਮਝਿਆ ਜਾਂਦਾ, ਉਹਦੇ ਜਨੇਊ ਪੈ ਨਹੀਂ ਸਕਦਾ। ਉਹ ਕਹਿੰਦੇ ਫਿਰ ਜਿਹੜੇ ਧਰਮ 'ਚ ਇਸਤਰੀ ਪੁਰਸ਼ ਦਾ ਫਰਕ ਹੈ, ਮੈਨੂੰ ਉਹ ਧਰਮ ਚਾਹੀਦਾ ਹੀ ਨਹੀਂ ਹੈ। ਪੂਰਨ ਤੌਰ 'ਤੇ ਖੰਡਨ ਕੀਤਾ। ਦੂਸਰੀ ਵਿਆਹ ਹੋਣ ਲੱਗਾ, ਪਰਿਵਾਰ ਹਿੰਦੂ ਹੋਣਗੇ, ਵਿਆਹ ਹੋਣ ਲੱਗਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਇਹ ਅਗਨੀ ਦੁਆਲੇ ਫੇਰੇ ਲੈਣੇ? ਉਹ ਕਹਿੰਦੇ ਨਾ, ਅਗਨੀ ਮੇਰਾ ਇਸ਼ਟ ਨਹੀਂ ਹੈ। ਉਹ ਕਹਿੰਦੇ ਫਿਰ ਵਿਆਹ ਹੋਊ ਕਿੱਦਾਂ? ਕਹਿੰਦੇ ਤੁਹਾਨੂੰ ਮੈਂ ਦੱਸਦਾ, ਮੇਰਾ ਇਸ਼ਟ ਹੈ ਮੂਲ ਮੰਤਰ ਇੱਕ ਅਕਾਲ ਪੁਰਖ। ਆ ਜਿਹੜਾ ਮੂਲ ਮੰਤਰ ਸਾਨੂੰ ਉਹਨਾਂ ਨੇ ਦਿੱਤਾ, ਮੂਲ ਮੰਤਰ ਲਿਖ ਕੇ ਚੰਦਨ ਦੀ ਚੌਂਕੀ 'ਤੇ ਰੱਖਿਆ। ਔਰ ਉਹ ਕਹਿੰਦੇ ਅਸੀਂ ਲਾਵਾਂ ਵੀ 4 ਕਰਾਂਗੇ, 7 ਫੇਰੇ ਨਹੀਂ ਲਵਾਂਗੇ। ਗੁਰੂ ਨਾਨਕ ਪਾਤਸ਼ਾਹ ਨੇ ਵਿਆਹ ਮੂਲ ਮੰਤਰ ਦੇ ਦੁਆਲੇ 4 ਪਰਿਕਰਮਾ ਕਰਕੇ। ਦੂਸਰੀ ਤੀਸਰੀ ਪਾਤਸ਼ਾਹੀ ਦੇ ਵਿਆਹ ਪਹਿਲਾਂ ਹੋ ਚੁੱਕੇ ਆ, ਸਿੱਖ ਧਰਮ 'ਚ ਆਉਣ ਤੋਂ ਪਹਿਲਾਂ ਹੋ ਚੁੱਕੇ ਆ। ਚੌਥੇ ਪਾਤਸ਼ਾਹ ਦਾ ਵਿਆਹ ਆਨੰਦ ਸਾਹਿਬ ਪੜ੍ਹ ਕੇ ਕੀਤਾ ਗਿਆ। ਚੌਥੇ ਪਾਤਸ਼ਾਹ ਨੇ ਲਾਵਾਂ ਦਾ ਚਾਰਨ ਕੀਤਾ। ਉਦੋਂ ਤੋਂ ਲੈ ਕੇ ਅੱਜ ਤੱਕ ਸਾਡੀ ਜਿਹੜੀ ਮਰਿਆਦਾ ਹੈ, 4 ਲਾਵਾਂ ਪੜ੍ਹ ਕੇ 4 ਪਰਿਕਰਮਾ ਕਰਕੇ ਅਸੀਂ ਆਨੰਦ ਕਾਰਜ ਕਰਦੇ ਹਾਂ। ਹਿੰਦੂ ਧਰਮ ਦੀ ਹਰ ਗੱਲ ਨੂੰ ਗੁਰੂ ਨਾਨਕ ਸਾਹਿਬ ਨੇ ਕੱਟਿਆ। ਹੁਣ ਦਾਸ ਬੇਨਤੀ ਕਰਨ ਲੱਗਾ ਸੀ ਕਿ ਵਿਸਾਖੀਆਂ ਨੂੰ ਰਲਾ ਕੇ ਜਿਹੜੀ ਸਾਡੀ 1978 ਦੀ ਵਿਸਾਖੀ ਦਾ ਅਸਲ ਕਾਰਨ ਸੀ, ਉਹ ਸੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਚੈਲੰਜ, ਪਰ ਇਹ ਵਿਸਾਖੀ ਵਾਲੇ ਦਿਨ ਕਿਉਂ ਚੁਣਦੇ ਆ? ਅਤੇ ਹੁਣ ਇਸ ਵਿਸਾਖੀ ਨੂੰ ਜਲ੍ਹਿਆਂਵਾਲੇ ਬਾਗ ਨੂੰ ਕਿਉਂ ਘਸੀਟੀ ਜਾਂਦਾ ਹੈ? ਉਹਦਾ ਵੀ ਇੱਕ ਕਾਰਨ। ਵਿਸਾਖੀ ਵਾਲੇ ਦਿਨ ਹੀ ਗੁਰੂ ਨਾਨਕ ਪਾਤਸ਼ਾਹ ਨੇ ਹਰਿਦੁਆਰ ਤੋਂ ਕਰਮ ਕਾਂਡਾਂ ਦਾ ਖੰਡਨ ਕੀਤਾ।
ਇਸ ਵਿਸਾਖੀ ਇੱਕ ਆਉਂਦੀ ਹੈ 1694 'ਚ। ਸਿਧਾਂਤ ਗੁਰੂ ਨਾਨਕ ਵਾਲਾ, ਨਿਰੰਤਰਤਾ ਚੱਲਦੀ ਹੈ ਸੰਘਰਸ਼ ਦੀ, ਨਿਰੰਤਰਤਾ ਚੱਲਦੀ ਹੈ ਸਿਧਾਂਤ ਦੀ, ਹਾਲੇ ਖਾਲਸਾ ਪੰਥ ਦੀ ਸਾਜਨਾ ਨਹੀਂ ਹੋਈ। ਔਰੰਗਜ਼ੇਬ ਨੇ ਫਰਵਰੀ 1694 ਨੂੰ ਇੱਕ ਫਰਮਾਨ ਜਾਰੀ ਕੀਤਾ ਕਿ ਕੋਈ ਘੋੜਸਵਾਰੀ ਨਹੀਂ ਕਰ ਸਕਦਾ, ਕੋਈ ਦਸਤਾਰ ਨਹੀਂ ਸਜਾ ਸਕਦਾ, ਕੋਈ ਸ਼ਸਤਰ ਨਹੀਂ ਰੱਖ ਸਕਦਾ। ਗੁਰੂ ਗੋਬਿੰਦ ਸਿੰਘ ਜੀ ਹਾਲੇ ਗੁਰੂ ਗੋਬਿੰਦ ਸਿੰਘ ਨਹੀਂ ਬਣੇ, ਉਹਨਾਂ ਨੂੰ ਪਤਾ ਲੱਗਦਾ। ਉਹਨਾਂ ਨੇ ਇੱਕ ਦੂਸਰੀ ਹੋਰ ਗੱਲ ਜਿਹੜੀ ਬਹੁਤ ਸਾਡੇ ਸਮਝਣ ਵਾਲੀ ਹੈ, ਇੱਥੇ ਇਉਂ ਪ੍ਰਚਾਰਿਆ ਜਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਇੱਕ ਫੌਜਾਂ ਬਣਾ ਲਈਆਂ, ਗੁਰੂ ਗੋਬਿੰਦ ਸਿੰਘ ਨੇ ਵੱਖਰੀ ਫੌਜ ਬਣਾ ਲਈ, ਗੁਰੂ ਨਾਨਕ ਤੋਂ ਵੱਖਰੀ ਗੱਲ ਕਰ ਲਈ। ਆਰਜੇ ਆਰਐਸਐਸ ਵਾਲੇ ਬਿਲਕੁਲ ਜ਼ੋਰ ਦੇ ਕੇ ਗੱਲ ਕਹਿ ਰਹੇ ਆ ਕਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦਾ ਰਾਹ ਛੱਡ ਦਿੱਤਾ ਸੀ, ਪਰ ਗੁਰੂ ਗੋਬਿੰਦ ਸਿੰਘ ਨੇ ਤਾਂ ਗੁਰੂ ਨਾਨਕ ਦਾ ਰਾਹ ਫੜਿਆ। ਚੈਲੇਂਜ ਗੁਰੂ ਨਾਨਕ ਕਰਦੇ ਆ, ਉਹਨੂੰ ਸਿਰੇ ਗੁਰੂ ਗੋਬਿੰਦ ਸਿੰਘ ਲਾਉਂਦੇ, ਕਿੱਦਾਂ ਲਾਉਂਦੇ ਆ। ਜਦੋਂ ਔਰੰਗਜ਼ੇਬ ਨੇ ਇਹ ਫਰਮਾਨ ਜਾਰੀ ਕੀਤਾ ਫਰਵਰੀ 1694 ਨੂੰ ਕਿ ਕੋਈ ਦਸਤਾਰ ਨਹੀਂ ਸਜਾਊ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਸ਼ਸਤਰ ਨਹੀਂ ਰੱਖ ਸਕਦਾ, ਹੁਣ ਗੁਰੂ ਸਾਹਿਬ ਦੇ ਕੋਲ 1100 ਘੋੜਸਵਾਰ ਦੀ ਫੌਜ ਪਹਿਲਾਂ ਹੀ ਹੈ ਯਾਰ, ਆਹ ਗੱਲ ਸਾਰੇ ਲੁਕੋਈ ਜਾਂਦੇ। ਛੇਵੇਂ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ, ਚਾਰੇ ਜਿੱਤੀਆਂ, ਹਕੂਮਤ ਨੂੰ ਦੱਸ ਦਿੱਤਾ, ਪਰ ਸੱਤਵੇਂ ਪਾਤਸ਼ਾਹ ਨੇ ਜਦੋਂ ਗੁਰਗੱਦੀ ਦਿੱਤੀ ਦੇ ਨਾਲ ਗੱਲ ਕਹਿਤੀ ਕਿ 2200 ਘੋੜਸਵਾਰ ਦੀ ਫੌਜ, ਜਿਹੜੀ ਘੋੜਸਵਾਰਾਂ ਦੀ ਫੌਜ ਕੋਲ ਰੱਖਣੀ ਹੈ, ਚੜ੍ਹ ਕੇ ਕਿਸੇ 'ਤੇ ਜਾਣਾ ਨਹੀਂ, ਕੋ ਆ ਜਾਏ ਤਾਂ ਫਿਰ ਕਿਸੇ ਦਾ ਲਿਹਾਜ਼ ਨਹੀਂ ਕਰਨਾ। ਹੁਣ ਉਹ ਜਿਹੜੀ 2200 ਘੋੜਸਵਾਰ ਦੀ ਫੌਜ ਆ, ਉਹ ਤਾਂ ਪਹਿਲਾਂ ਕੀਰਤਪੁਰ ਮੌਜੂਦ ਹੈ। ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਕੀਰਤਪੁਰ ਗੁਰੂ ਘਰ ਦੇ ਕੋਲ 2200 ਘੋੜਸਵਾਰਾਂ ਦੀ ਫੌਜ ਪਹਿਲਾਂ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਦੱਸਣ ਲਈ ਉਸ ਸਾਲ ਦੀ ਵਿਸਾਖੀ 1694 ਦੀ ਵਿਸਾਖੀ ਉਹਨੂੰ ਚੈਲੰਜ ਕਰਨ ਲਈ 2200 ਘੋੜਸਵਾਰ ਉਹ ਨਾਲ ਲਿਆ, ਹੋਰ ਬਹੁਤ ਸਾਰੇ ਸਿੱਖਾਂ ਦੇ ਸ਼ਸਤਰ ਸਜਾਏ, ਔਰ ਉਹਨੂੰ ਔਰੰਗਜ਼ੇਬ ਨੂੰ ਇੱਕ ਚੈਲੰਜ ਕੀਤਾ ਕਿ ਤੂੰ ਕਹਿੰਦਾ ਇੱਕ ਸ਼ਸਤਰ, ਇੱਕ ਦਸਤਾਰ ਨਹੀਂ ਸਜਾ ਸਕਦੇ, ਅਸੀਂ ਦੋ ਸਜਾਵਾਂਗੇ। ਤੂੰ ਕਹਿੰਦਾ ਇੱਕ ਸ਼ਸਤਰ ਨਹੀਂ ਰੱਖ ਸਕਦੇ, ਅਸੀਂ ਪੰਜ ਰੱਖਾਂਗੇ। ਔਰ ਇੱਥੋਂ ਤੂੰ ਕਹਿੰਦਾ ਨਗਾਰਾ ਨਹੀਂ ਵਜਾ ਸਕਦੇ, ਨਗਾਰਾ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਵਜਾਇਆ, ਨਗਾਰਾ ਤਾਂ ਅਸੀਂ ਵਜਾਉਂਦੇ ਆਏ ਹਾਂ, ਉਹ ਵੀ ਅਸੀਂ ਵਜਾਵਾਂਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1694 ਦੀ ਵਿਸਾਖੀ ਨੂੰ ਕੀਰਤਪੁਰ ਤੋਂ ਨਗਰ ਕੀਰਤਨ ਦੇ ਰੂਪ 'ਚ 2500 ਸਿੱਖ ਸ਼ਸਤਰਧਾਰੀ ਦਸਤਾਰਧਾਰੀ ਲੈ ਕੇ ਉਹ ਜਿਹੜਾ ਮੇਲਾ ਸੀਗਾ ਉਹ ਹਰਿਦੁਆਰ ਮਨਾਇਆ 1694 ਦੀ ਵਿਸਾਖੀ। ਵਿਸਾਖੀ ਗੁਰੂ ਨਾਨਕ ਵਾਲੀ ਵੀ ਹੈ, ਵਿਸਾਖੀ ਗੁਰੂ ਗੋਬਿੰਦ ਸਿੰਘ ਵਾਲੀ ਵੀ ਹੈ। ਅਗਲੀ ਵਿਸਾਖੀ ਆਉਂਦੀ ਹੈ 1699 ਦੀ, ਉਹਦੇ 'ਚ ਕੀ ਕਰਨਾ, ਉਹਦੇ 'ਚ ਦੋ ਗੱਲਾਂ ਜਿਹੜੀਆਂ ਹੋਈਆਂ ਉਹਦੇ 'ਚ ਅਸੀਂ ਧਿਆਨ ਨਹੀਂ ਦਿੰਦੇ, ਇੰਨੀ ਗੱਲ 'ਤੇ ਲੜੀ ਜਾਂਦੇ ਹਾਂ, ਬੱਕਰੇ ਵੱਡੇ ਸਿਰ ਵੱਡੇ, ਐਸਾ ਨਹੀਂ, ਉਹਨੂੰ ਗੱਲ ਤਾਂ ਸੋਚਣ ਦੀ ਕੋਸ਼ਿਸ਼ ਕਰੋ। ਵਿਸਾਖੀਆਂ ਤਾਂ ਪਹਿਲਾਂ ਵੀ ਮੰਨਦੀਆਂ, ਵਿਸਾਖੀ ਵਾਲੇ ਦਿਨ ਹੀ ਚੈਲੰਜ ਕੀਤਾ ਜਾਂਦਾ। 1699 ਦੀ ਵਿਸਾਖੀ ਨੂੰ ਦੋ ਗੱਲਾਂ ਹੋਈਆਂ, ਇੱਕ ਫਰਕ ਸੀ ਕਿ 200 ਸਾਲ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਹੋਇਆ ਪੰਥ ਔਰ ਜਿਨ੍ਹਾਂ ਦਾ ਉਪਦੇਸ਼ ਦੋਨੋਂ ਇਕੱਠੇ ਚੱਲਦੇ ਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕੀਰਤਨ ਦੇ ਨਾਲ ਪਰਮਾਤਮਾ ਨੂੰ ਜੁੜਨਾ, ਉਹਦੇ ਨਾਲ ਨਾਲ ਪੰਥ ਵੀ ਚੱਲਦਾ। ਔਰ ਨਾਲ ਜਦੋਂ ਗੁਰੂ ਸਾਹਿਬ ਨੇ ਇਹ ਕਹਿੰਦੇ ਆ ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੇ ਸਿਰ ਦੀਜੇ ਕਾਣ ਨਾ ਕੀਜੇ, ਇਹਦਾ ਮਤਲਬ ਇਹ ਆ ਕਿ ਜੇ ਗੁਰੂ ਦੇ ਨਾਲ, ਗੁਰੂ ਦੇ ਨਾਲ ਪਿਆਰ ਪਾਉਣਾ, ਗੁਰੂ ਦਾ ਹੁਕਮ ਮੰਨਣਾ, ਅਤੇ ਸਿਰ ਧਰਨ ਦਾ ਤੈਨੂੰ ਕੁਰਬਾਨੀ ਵੀ ਕਰਨੀ ਪਊਗੀ, ਅਤੇ ਕੁਰਬਾਨੀ ਉਹ ਹੀ ਕਰ ਸਕਦਾ ਜਿਹੜਾ ਅੰਦਰੋਂ ਜੁੜਿਆ ਹੋਵੇ, ਅਤੇ ਜੁੜਿਆ ਕੀਰਤਨ ਨਾ ਜਾਣਾ, ਇਹ ਸਿਧਾਂਤ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ। ਜਦੋਂ 1699 ਦੀ ਵਿਸਾਖੀ ਨੂੰ ਇਕੱਠ ਹੁੰਦਾ, ਤੰਬੂ ਲਾਇਆ ਜਾਂਦਾ, ਕੀਰਤਨ ਹੋਇਆ, ਆਸਾ ਦੀ ਵਾਰ ਦਾ ਕੀਰਤਨ ਹੋਇਆ, ਆਪਾਂ ਸਾਰਿਆਂ ਨੇ ਇਤਿਹਾਸ ਸੁਣਿਆ, ਮੈਂ ਸਿਰਫ ਇਹ 'ਚ ਇੱਕ ਨੁਕਤਾ ਦੋ ਤਿੰਨ ਵਾਰੀ ਦੱਸ ਅੱਗੇ ਵੀ ਬੇਨਤੀ ਕਰ ਰਿਹਾ, ਪਰ ਇਹ ਥੋੜ੍ਹਾ ਜਿਹਾ ਸਾਨੂੰ ਅੱਜ ਸਮਝਣ ਦੀ ਲੋੜ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪੰਥ ਇਕੱਠਾ ਨਹੀਂ ਹੁੰਦਾ,
ਸਾਡੇ 'ਚ ਏਕਤਾ ਨਹੀਂ ਹੁੰਦੀ, ਜਦ ਸਾਡਾ ਸਿਧਾਂਤ ਹੀ ਖਤਮ ਹੋ ਗਿਆ। ਸਿਧਾਂਤ ਏਕਤਾ ਸਰੀਰਾਂ ਦੀ ਨਹੀਂ ਹੁੰਦੀ ਹੈ, ਬੰਦਿਆਂ ਦੀ ਨਹੀਂ ਹੋਣੀ। ਸਿਧਾਂਤ ਜਦ ਹੋਈ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਗੁਰੂ ਗ੍ਰੰਥ ਗੁਰੂ ਪੰਥ ਦੇ ਸਿਧਾਂਤ ਨਾਲ ਏਕਤਾ ਹੋ ਸਕਦੀ ਹੈ, ਨਹੀਂ ਉਸ ਏਕਤਾ 'ਚ ਕੋਈ ਨਾ ਕੋਈ ਵਿੱਚ ਜਿਹੜੀ ਹੈ ਉਹ ਕਸਰ ਰਹਿ ਜੂ। 1699 ਦੀ ਵਿਸਾਖੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹਨੂੰ ਇਮਤਿਹਾਨ ਆਖੋ, ਇਹਨੂੰ ਪ੍ਰੀਖਿਆ ਆਖੋ ਕਿ 200 ਸਾਲ ਇਸ ਗੱਲ ਦਾ ਪ੍ਰਚਾਰ ਹੋਇਆ ਕਿ ਸੀਸ ਤਲੀ 'ਤੇ ਰੱਖ ਕੇ ਆਓ ਜਾਂ ਨਾਉਣਾ, ਸਤਿਗੁਰ ਅੱਗੇ ਸੀਸ ਭੇਟ ਦਿਓ। 5 ਸਿਰ ਮੰਗੇ, 5 ਨੇ ਸਿਰ ਦਿੱਤੇ, ਗੁਰੂ ਸਾਹਿਬ 5 ਨੂੰ ਤੰਬੂ 'ਚ ਲੈ ਗਏ। ਹੁਣ ਤੰਬੂ 'ਚ ਕੀ ਹੋਇਆ, ਸਿਧਾਂਤ ਸਮਝਣ ਦੀ ਲੋੜ ਹੈ। ਇਹ ਅਸੀਂ ਸਾਰਿਆਂ ਨੇ ਸੁਣ ਲਿਆ ਕਿ ਗੁਰੂ ਸਾਹਿਬ ਨੇ ਪਹਿਲਾਂ 5 ਨੂੰ ਅੰਮ੍ਰਿਤ ਛਕਾਇਆ, ਫਿਰ ਉਹਨਾਂ ਕੋਲੋਂ ਆਪ ਅੰਮ੍ਰਿਤ ਛਕਿਆ, ਪਰ ਗੁਰੂ ਸਮਰਾਜ ਸੀ ਉਹਨੂੰ ਫਿਰ 5 ਕੋਲੋਂ ਅੰਮ੍ਰਿਤ ਛਕਣ ਦੀ ਲੋੜ ਕੀ ਪੈ ਗਈ? ਇਹ ਸਿਧਾਂਤ ਸਮਝਣ ਵਾਲੀ ਗੱਲ ਹੈ। ਗੁਰੂ ਨਾਨਕ ਤੋਂ 10ਵੇਂ ਪਾਤਸ਼ਾਹ ਤੱਕ ਇੱਕ ਗੁਰ ਵਿਅਕਤੀ ਦੂਜੇ ਗੁਰ ਵਿਅਕਤੀ ਨੂੰ ਚੇਲਾ ਬਣਾਉਂਦਾ ਰਿਹਾ। ਦਾਸ ਇੱਕ ਹੋਰ ਬੇਨਤੀ ਕਰੇ, ਕੋਈ ਵੀ ਸਿਧਾਂਤ ਗੁਰੂ ਗ੍ਰੰਥ ਸਾਹਿਬ 'ਚੋਂ ਬਾਹਰ ਨਹੀਂ ਹੈ, ਆਪੇ ਗੁਰ ਚੇਲਾ ਹੈ, ਆਪੇ ਸਤਿਗੁਰ ਚੋਜ ਬਣਾਉਣੀ ਗੁਰੂ ਗ੍ਰੰਥ ਸਾਹਿਬ 'ਚ ਹੈ। ਹੋਰ ਕਈ ਸਾਨੂੰ ਮਿਸਾਲਾਂ ਮਿਲ ਜਾਂਦੀਆਂ ਕਿ ਉਹ ਚੇਲਾ ਵੀ ਆਪ ਅਤੇ ਗੁਰੂ ਵੀ ਆਪ। ਇਹ ਸਿਧਾਂਤ ਵੀ ਗੁਰੂ ਗ੍ਰੰਥ ਸਾਹਿਬ 'ਚ ਹੈ, ਗੁਰੂ ਗ੍ਰੰਥ ਸਾਹਿਬ 'ਚ ਬਾਹਰੀ ਕੋਈ ਗੱਲ ਵੀ ਨਹੀਂ ਹੈ। ਇਹ ਸਿਧਾਂਤ ਦੇ ਅਨੁਸਾਰ ਹੁਣ ਇੱਥੇ ਕੀ ਹੈ ਕਿ ਇੱਥੇ ਜਿਹੜੀ ਗਾਂ ਗੁਰਤੀ 5 ਨੂੰ ਵੀ ਦੇਣੀ ਹੈ। ਸਿਧਾਂਤ ਅੱਗੇ ਤੋਂ 5 ਦਾ ਤੁਰਨਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਤੰਬੂ ਦਾ ਰਾਜ ਕਵਿਤਾ ਕਿਤੇ ਪੜ੍ਹੋ, ਅਲਾਹੀ ਨਜ਼ਰ ਦੇ ਪੈਂਡੇ ਹਰਿੰਦਰ ਸਿੰਘ ਮਹਿਬੂਬ ਦੀ 5-4 ਪੜ੍ਹੋ ਤਾਂ ਗੱਲ ਸਮਝ ਪੈ ਜੂ। ਹੁਣ ਉੱਥੇ ਜੋਤ 5 'ਚ ਪ੍ਰਵਿਰਤ ਕਰਨੀ ਹੈ, ਅੱਗੇ 1 'ਚ ਹੁੰਦੀ ਰਹੀ ਹੈ, ਅੱਜ ਜੋਤ 5 'ਚ ਪ੍ਰਵਿਰਤ ਹੋਣੀ। 5 'ਚ ਜੋਤ ਪ੍ਰਵਿਰਤ ਕਰਕੇ ਉਹਨਾਂ ਨੂੰ ਕਿਹਾ ਕਿ ਖਾਲਸਾ ਵੀ ਗੁਰੂ ਆ, ਹੁਣ ਤੁਸੀਂ ਮੈਨੂੰ ਅੰਮ੍ਰਿਤ ਛਕਾਓ। ਖਾਲਸਾ ਵੀ ਗੁਰੂ ਤੁਹਾਨੂੰ, ਪਰ ਤੁਸੀਂ ਹੁਣ ਮੈਨੂੰ ਅੰਮ੍ਰਿਤ ਛਕਾਓ। ਇਹ ਸਿਧਾਂਤ ਜਿਹੜਾ ਇਹ ਤੰਬੂ ਦੇ ਅੰਦਰ ਹੋਇਆ, ਔਰ ਜਿਹੜਾ ਖਾਲਸਾ ਗੁਰੂ ਹੋਊ ਇਹ ਚਮਕੌਰ ਦੀ ਗੜੀ 'ਚ ਸਿਧਾਂਤ ਹੋਇਆ, ਜਦੋਂ 5 ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਤੁਹਾਨੂੰ ਜਿਹੜੀ ਇਹ ਚਮਕੌਰ ਦੀ ਗੜੀ ਇਹ ਛੱਡਣੀ ਪਊਗੀ। ਅੱਜ ਸਾਰਿਆਂ ਧਰਮਾਂ 'ਚ ਆਪਣਾ ਆਪਣਾ ਨਾਮ ਦੇਣ ਦੀ ਗੱਲ ਕਰ ਲਈਏ, ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ 5 ਪਿਆਰੇ ਨਾਮ ਦੇ ਸਕਦੇ, 1 ਨਹੀਂ ਦੇ ਸਕਦਾ। ਇਹ ਸਿਧਾਂਤ ਬਣਾਉਣਾ ਸੀ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ 5 ਪਿਆਰੇ ਗੁਰੂ ਰੂਪ ਆ, ਬਾਅਦ 'ਚ ਭਾਵੇਂ ਉਹ ਸੰਗਤ 'ਚ ਵਿਲੀਨ ਹੋ ਜਾਂਦੇ। ਇਹ 5 ਦਾ ਸਿਧਾਂਤ ਦੇਣਾ ਸੀ ਕਿ ਜੇ ਨਾਮ ਵੀ ਦੇਣਾ, ਜੇ ਸਿੱਖ ਧਰਮ 'ਚ ਲਿਆਉਣਾ ਤਾਂ 5 ਲਿਆਉਣਗੇ, ਪਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਲਿਆਉਣਗੇ। ਔਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ, ਗੁਰੂ ਗ੍ਰੰਥ ਸਾਹਿਬ ਸਾਡੇ ਰੂਹਾਨੀਅਤ ਗੁਰੂ ਹੋਣਗੇ, ਔਰ ਗੁਰੂ ਪੰਥ ਜਿਹੜਾ ਇਹ ਸਾਡਾ ਵਿਵਹਾਰਕ ਗੁਰੂ ਹੋਊਗਾ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਦੁਨੀਆਂ ਤੱਕ ਪਹੁੰਚਾਉਣਾ। ਇਹ ਅੱਜ ਵੀ ਜ਼ਿੰਮੇਵਾਰੀ ਖਾਲਸਾ ਪੰਥ ਦੀ ਬਣਦੀ ਹੈ। ਇਸੇ ਕਰਕੇ ਦਾਸ ਬੇਨਤੀ ਕਰੇ ਕਿ ਗੁਰੂ ਗ੍ਰੰਥ ਗੁਰੂ ਪੰਥ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ, ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਆਹ ਜਿਹੜੇ ਮੇਰੇ ਵੀਰ ਹੁਣ ਗੁਰੂ ਨਾਨਕ ਦੇ ਨਾਂ 'ਤੇ ਗੁਰੂ ਨਾਨਕ ਦਾ 550 ਪ੍ਰਕਾਸ਼, ਗੁਰੂ ਨਾਨਕ ਦਾ 550 ਜ਼ਰੂਰ ਮਨਾਓ, ਪਰ ਗੁਰੂ ਨਾਨਕ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ, ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਆ, ਉਹ ਸਿਧਾਂਤ ਨੂੰ ਤੁਸੀਂ ਤੋੜੋਗੇ ਕਿੱਦਾਂ? ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ, ਇਹਨੂੰ ਕਿੱਦਾਂ ਖਤਮ ਕਰੋਗੇ ਤੁਸੀਂ? ਗੁਰੂ ਨਾਨਕ ਦਾ 550 ਪ੍ਰਕਾਸ਼ ਗੁਰੂ ਗ੍ਰੰਥ ਦੀ ਹਾਜ਼ਰੀ 'ਚ ਗੁਰੂ ਪੰਥ ਨੂੰ ਮਨਾਉਣ ਦਾ ਅਧਿਕਾਰ ਆ ਜਿਹੜਾ ਮਰਜ਼ੀ ਸਕਦਾ। ਤੁਸੀਂ ਸਮਾਗਮ ਕਰਾਉਂਦੇ ਹਾਂ ਗੁਰੂ ਨਾਨਕ ਦੇ 550 ਪ੍ਰਕਾਸ਼ ਉਤਸਵ ਦਾ, ਜਿਹੜਾ ਮਰਜ਼ੀ ਆਵੇ, ਪਰ ਕਿਸੇ ਨੂੰ ਇਹ ਅਧਿਕਾਰ ਨਹੀਂ ਕਿ ਉਹ ਆ ਕੇ ਸਾਡੇ ਸਿੱਖ ਧਰਮ ਦੀ ਵਿਆਖਿਆ ਆਪ ਕਰੇ। ਇਹ ਗੱਲ ਨਹੀਂ ਹੋ ਸਕਦੀ ਜਿਹੜੀ ਕਿ ਹੋ ਰਹੀ ਹੈ। ਗੁਰੂ ਗ੍ਰੰਥ ਸਾਡੇ ਰੂਹਾਨੀਅਤ ਗੁਰੂ, ਗੁਰੂ ਪੰਥ ਨੇ ਇਹਦੇ ਸਿਧਾਂਤ ਨੂੰ ਅੱਗੇ ਤੋਰਨਾ। ਕੋਈ ਵੀ ਕਿਸੇ ਵੀ ਗੁਰੂ ਦਾ ਪੁਰਬ ਜਾਂ ਸਾਡਾ ਇਤਿਹਾਸਿਕ ਦਿਹਾੜਾ, ਇਹ ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਇਹ ਸੰਗਤ ਹੀ ਮਨਾਊਗੀ। ਇਹਦੇ 'ਚ ਕਿਸੇ ਨੂੰ ਦਖਲਦਾਜ਼ੀ ਕਰਨ ਦਾ ਅਧਿਕਾਰ ਨਹੀਂ ਹੈ ਕਿ ਗੁਰੂ ਹਿੰਦੂ ਸੀ।
ਜਾਂ ਗੁਰੂ ਨਾਨਕ ਹਿੰਦੂ ਸੀ, ਜਾਂ ਸਾਨੂੰ ਸਿੱਧ ਕਰਨ ਨੂੰ ਕਹਿੰਦਾ ਹਿੰਦੂ ਸੀ, ਕਿਹੜੀ ਗੱਲੋਂ ਹਿੰਦੂ ਸੀ? ਇੱਕ ਨੇ ਕਈ ਕਿਤਾਬਾਂ ਲਿਖੀਆਂ, ਭਾਈ ਕਾਨ ਸਿੰਘ ਨਾਭਾ ਨੇ ਲਿਖੀ, ਉਦੋਂ ਬਾਅਦ ਇਹਨਾਂ ਨੇ ਇੱਕ ਬੜੀ ਪਲੈਨਿੰਗ ਨਾਲ ਲਿਖਾਈ ਹਿੰਦੂ ਸੰਗਠਨਾਂ ਨੇ ਕਿ ਹਮ ਹਿੰਦੂ ਹੈ। ਉਹਦਾ ਜਵਾਬ ਪ੍ਰਿੰਸੀਪਲ ਲਾਭ ਸਿੰਘ ਨੇ ਦਿੱਤਾ, ਹਮ ਔਰ ਪੜ੍ਹ ਕੇ ਦੇਖੋ, ਔਰ ਗੁਰਬਾਣੀ ਦੇ ਆਧਾਰ 'ਤੇ ਦਿੱਤਾ। ਕਿਸੇ ਦੁਨੀਆ ਦੇ ਮਾਈ ਦੇ ਲਾਲ ਕੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਕੱਟਣ ਦਾ ਹਿੰਮਤ ਹੀ ਨਹੀਂ ਹੈ। ਨਹੀਂ ਤਾਂ ਫਿਰ ਕਰਕੇ ਦੇਖ ਲਓ, ਜਿਹੜੇ ਕਹਿੰਦੇ ਆ ਕਿ ਸਿੱਖ ਹਿੰਦੂ ਆ, ਮੈਂ ਉਹਨਾਂ ਨੂੰ ਚੈਲੰਜ ਕਰਦਾ, ਮੋਹਣ ਭਾਗਤ ਹੋਵੇ ਜਾਂ ਉਹਦੇ ਚੇਲੇ ਹੋਣ, ਕਿਸੇ ਟੀਵੀ ਚੈਨਲ 'ਤੇ ਸਾਰੇ ਇਕੱਠੇ ਹੋ ਕੇ ਆ ਜਾਓ ਅਤੇ ਮੈਨੂੰ ਸਿੱਧ ਕਰਕੇ ਦੱਸੋ, ਜਾਂ ਮੈਂ ਤੁਹਾਨੂੰ ਸਿੱਧ ਕਰਕੇ ਦੱਸਦਾ ਕਿ ਸਿੱਖ ਹਿੰਦੂ ਨਹੀਂ ਹੈ। ਸਿੱਖ ਧਰਮ ਵੱਖਰਾ, ਸਾਡੀ ਕੌਮ ਵੱਖਰੀ, ਸਾਡਾ ਸਿਧਾਂਤ ਵੱਖਰਾ, ਸਾਡੀ ਹੋਂਦ ਵੱਖਰੀ। ਅਤੇ ਜੇ ਸਾਡੀ ਹੋਂਦ ਹੀ ਖਤਮ ਹੋ ਗਈ, ਸੋ ਦਾਸ ਬੇਨਤੀ ਕਰੇ ਕਿ 1978 ਦੀ ਵਿਸਾਖੀ ਗੁਰੂ ਗ੍ਰੰਥ ਸਾਹਿਬ ਦੀ ਗੁਰਪਦਵੀ ਨੂੰ ਖਤਮ ਕਰਨ ਲਈ ਸੀ, ਔਰ ਉਸ ਦਿਨ ਤੋਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਗਾਤਾਰ ਹੋ ਰਹੀਆਂ, ਵੀ ਇਹਨੂੰ ਇੱਕ ਆਮ ਜੀ ਗੱਲ ਬਣਾ ਦਿਓ, ਇਹ ਇਸ ਘੜੀ ਦਾ ਹਿੱਸਾ ਹੈ। ਪੰਥ ਨੂੰ ਪੰਜਾਬ ਬਣਾ ਕੇ ਪੰਥ ਦਾ ਵਜੂਦ ਖਤਮ ਕਰਨਾ, ਇਹ ਇੱਕ ਸਾਜਿਸ਼ ਦਾ ਹਿੱਸਾ ਹੈ। ਅੱਜ ਹਰ ਗੁਰਸਿੱਖ ਨੂੰ ਦੁਨੀਆ 'ਚ ਇੱਕੋ ਇੱਕ ਗੁਰੂ ਆ ਜਿਹੜਾ ਤੁਹਾਨੂੰ ਬੋਲ ਕੇ ਦੱਸਦਾ, ਪੁੱਛੋ ਤੁਸੀਂ। ਜਿੰਨੇ ਸਾਡੇ ਸਿੱਖ ਇਤਿਹਾਸ 'ਚ ਜਦੋਂ ਕਿਤੇ ਪੰਥ 'ਤੇ ਭੀੜ ਪਈ, ਉਹਨਾਂ ਨੇ ਵਿਧੀ ਮੁਤਾਬਕ ਅਰਦਾਸ ਕਰਕੇ ਗੁਰੂ ਨੂੰ ਪੁੱਛਿਆ, ਜਿਹਨੂੰ ਆਪਾਂ ਹੁਕਮਨਾਮਾ ਲੈਣਾ ਕਹਿੰਦੇ ਹਾਂ। ਇਹ ਹੁਕਮਨਾਮਾ ਲੈਣਾ ਕੋਈ ਰਸਮ ਨਹੀਂ ਹੈ, ਇਹ ਗੁਰੂ ਨੂੰ ਪੁੱਛਣਾ ਤਾਂ ਗੁਰੂ ਦੱਸਦਾ, ਪਰ ਅਸੀਂ ਪੁੱਛਦੇ ਹੀ ਨਹੀਂ। ਮੈਂ ਇਹ ਸ਼ਾਇਦ ਵਿਸ਼ੇ ਤੋਂ ਬਾਹਰ ਹੀ ਗੱਲ ਹੋਵੇ, ਮੈਂ ਕਬੀਰ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਕੋਲ ਹੁਕਮਨਾਮਾ ਲੈ ਲੈਂਦੇ ਹਾਂ, ਜੋ ਹੁਕਮਨਾਮਾ ਆਊ, ਜੋ ਗੁਰੂ ਕਹੂ ਉਹ ਮੰਨ ਲਾਂਗੇ। ਕਹਿੰਦੇ ਖੈਰਾ ਯਾਰ, ਜੇ ਹੁਕਮ ਹੋਰ ਤਰ੍ਹਾਂ ਦਾ ਆ ਗਿਆ ਫਿਰ ਕਿੱਦਾਂ ਹੋਊ? ਗੁਰੂ 'ਤੇ ਭਰੋਸੇ ਹੈ ਨਹੀਂ, ਅਤੇ ਜਿੰਨਾ ਚਿਰ ਗੁਰੂ 'ਤੇ ਭਰੋਸਾ ਹੈ ਨਹੀਂ, ਉਹਨਾਂ ਚਿਰ ਸਾਡੀ ਇਸ ਵੇਲੇ ਮੈਂ ਇਤਿਹਾਸ 'ਚ ਜਿੰਨਾ ਸਿੱਖ ਕੌਮ ਆਪਣੀ ਪਛਾਣ ਲਈ ਗੁਰੂ ਨਾਨਕ ਦੇ ਇੰਨਾ, ਹੁਣ 550 ਸਾਲ ਸਾਨੂੰ ਸਾਖੀਆਂ ਸੁਣਦੇ ਨੂੰ ਹੋ ਗਿਆ, ਇਹ 550 ਸਾਲ 'ਚ ਤੁਸੀਂ ਕਿੰਨੇ ਸ਼ਹੀਦ ਹੋਏ, ਇਸ ਕਰਕੇ ਹੋਏ ਕਿ ਸਿੱਖ ਵੱਖਰੀ ਹੋਂਦ ਰੱਖਣ ਲਈ। 18ਵੀਂ ਸਦੀ 'ਚ ਕਿਸੇ ਇੱਕ ਹਿੰਦੂ ਦੀ ਮਿਸਾਲ ਦਿਓ ਵੀ ਉਹਨੇ ਆਪਣੀ ਹੋਂਦ ਰੱਖਣ ਲਈ ਸ਼ਹੀਦੀ ਦਿੱਤੀ ਹੋਵੇ, ਅਤੇ ਸਾਡੇ 'ਚ ਮੈਂ ਤੁਹਾਨੂੰ ਗਣਾਉਣਾ ਕਿੰਨੀਆਂ, ਸਿਰਫ ਹੋਂਦ ਰੱਖਣ ਲਈ ਸੀ। ਭਾਈ ਤਾਰੂ ਸਿੰਘ ਦੀ ਲੈ ਲਓ, ਬੋਤਾ ਸਿੰਘ ਗਰਜਾ ਸਿੰਘ ਦੀ ਲੈ ਲਓ, ਭਾਈ ਸ਼ਬੇਗ ਸਿੰਘ ਦੀ ਲੈ ਲਓ, ਤਾਰਾ ਸਿੰਘ ਵਾਂ, ਕਿੰਨੇ ਤੁਹਾਨੂੰ ਅਸੀਂ ਗਣਾਈਏ ਕਿ ਸਿੱਖਾਂ ਨੇ ਆਪਣੀ ਸਿੱਖ ਧਰਮ ਦੀ ਪਛਾਣ ਨਹੀਂ ਛੱਡੀ। ਦੂਜੇ ਧਰਮਾਂ ਦਾ ਸਤਿਕਾਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਧਰਮ ਦੀ ਪਛਾਣ ਛੱਡ ਦਈਏ, ਕਰੋ ਸਤਿਕਾਰ ਸਾਰਿਆਂ ਦਾ। ਗੁਰੂ ਗ੍ਰੰਥ ਸਾਹਿਬ 'ਚ ਇਹੀ ਵਾਧਾ ਬਾਕੀ ਗ੍ਰੰਥਾਂ ਨਾਲੋਂ ਕਿ ਉਹਨਾਂ ਨੇ ਤੁਹਾਡੀ ਪਛਾਣ ਵੱਖਰੀ ਰੱਖੀ ਆ, ਪਰ ਤੁਹਾਨੂੰ ਸਤਿਕਾਰ ਦਿੱਤਾ ਵੀ ਆਓ ਬਰਾਬਰ ਬਹਿ ਕੇ ਗੱਲ ਕਰਦੇ ਹਾਂ, ਜਰਬੀ ਏਕਤਾ ਦੀ ਗੱਲ ਕਰਨੀ। ਪਰ ਇਹ ਸਿੱਖ ਧਰਮ ਇਸੇ ਕਰਕੇ ਵੱਖਰਾ ਕਿ ਹੋਰ ਕਿਸੇ ਧਰਮ 'ਚ ਗੱਲ ਹੈ ਨਹੀਂ, ਇਸ ਕਰਕੇ ਸਿੱਖ ਧਰਮ ਵੱਖਰਾ। ਕਿਸੇ ਧਰਮ ਗ੍ਰੰਥ 'ਚ ਦਿਖਾ ਲਓ ਕਿਸੇ ਹੋਰ ਭਗਤ ਦੀ, ਕਿਸੇ ਹੋਰ ਦੀ ਬਾਣੀ ਦਰਜ ਹੋ, ਗੀਤਾ 'ਚ ਮੁਸਲਮਾਨ ਦੀ ਦਿਖਾ ਲਓ, ਕੁਰਾਨ 'ਚ ਹਿੰਦੂਆਂ ਦੀ ਦਿਖਾ ਲਓ, ਇਹ ਵੀ ਵਿਲੱਖਣਤਾ, ਇਹਨੂੰ ਦੂਜੇ ਬੰਨੇ ਲਈ ਜਾਂਦੇ, ਇਹ ਸਿੱਖ ਧਰਮ ਦੀ ਵਿਲੱਖਣਤਾ, ਇਹ ਵੀ ਵਿਲੱਖਣਤਾ ਹੈ। ਦੂਸਰੀ ਗੱਲ, ਜਦੋਂ ਵੀ ਇਹ ਜੇ ਆਪਾਂ ਗੁਰੂ ਦਾ ਹੁਕਮ ਮੰਨਣਾ, ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਇੱਥੇ ਵਿਸ਼ਵਾਸ ਲਿਆ ਕੇ, ਕੋਈ ਐਸਾ ਸਾਡਾ ਮਸਲਾ ਨਹੀਂ ਜਿਹੜਾ ਹੱਲ ਨਹੀਂ ਹੋ ਸਕਦਾ, ਪਰ ਗੱਲ ਗੁਰੂ 'ਤੇ ਭਰੋਸਾ ਰੱਖ ਕੇ, ਹਿਰਦਾ ਸਾਫ ਕਰਕੇ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਜੇ ਅੰਦਰ ਭਾਵਨਾ ਸਿੱਖ ਕੌਮ ਦੀ ਜਿਹੜਾ ਸਾਡੇ 'ਤੇ ਸੰਕਟ ਹੈ ਇਹਨੂੰ ਦੂਰ ਕਰਨ ਦੀ ਹੈ, ਜਾਂ ਤੁਸੀਂ ਸਿੱਖ ਰਾਜ ਦੀ ਗੱਲ ਕਰੋ ਜਾਂ ਸਾਡੀ ਆਪਣੀ ਪਛਾਣ ਦੀ ਗੱਲ ਕਰੋ, ਅਤੇ ਇਹ ਗੁਰੂ ਗ੍ਰੰਥ ਗੁਰੂ ਪੰਥ ਦੇ ਸਿਧਾਂਤ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਹੋਣੀ ਨਹੀਂ ਹੈ। ਮੈਂ ਆਖਰੀ ਬੇਨਤੀ ਕਰਨੀ ਹੈ ਕਿ ਪਛਾਣ ਬਦਲੇ, ਔਰ ਇਹ ਸਾਡਾ ਇਤਿਹਾਸ ਇਹ ਵੀ ਨਹੀਂ, ਚਸ਼ਮਦੀਦ ਗਵਾਹ ਦੋ ਗੋਰੇ ਕਿ ਬੰਦਾ ਸਿੰਘ ਬਹਾਦਰ ਦੇ ਨਾਲ 740 ਬੰਦੇ ਸਿੱਖ ਫੜੇ ਅਤੇ ਉਹਨਾਂ ਨੂੰ ਕਿਹਾ ਕਿ 100-100 ਬੰਦਾ ਆਪਣਾ ਸਿੱਖ ਜਿਹੜਾ ਰੋਜ਼ ਸ਼ਹੀਦ ਕਰੋ। ਉਹਦੇ 'ਚ ਇੱਕ ਵਾਰੀ ਆਉਂਦੀ ਹੈ, ਲਾਈਨ 'ਚ ਖੜ੍ਹਾ 16 ਸਾਲ ਦਾ ਸਿੱਖ ਨੌਜਵਾਨ, ਸੱਜ ਵਿਆਹੀ ਹੈ, ਉਹਦੀ ਮਾਂ ਆਈ, ਹਿੰਦੂ ਦੀਵਾਨ ਸੀ ਫਰਕਸੀਰ ਦਾ,
ਉਹਨੂੰ ਆ ਕੇ ਅਪੀਲ ਕੀਤੀ ਵੀ ਇਹ ਮੇਰਾ ਬੱਚਾ ਤਾਂ ਸਿੱਖ ਨਹੀਂ ਹੈ, ਅੰਦਾੜੀ ਹੈ, ਇਹਨੂੰ ਧੋਖੇ ਨੇ ਫੜ ਕੇ ਲੈ ਆਇਆ। ਔਰ ਫਿਰ ਸੀਰ ਨੇ ਕਿਹਾ ਕਿ ਜੇ ਕਹਿ ਦੇਵੇ ਮੈਂ ਸਿੱਖ ਨਹੀਂ ਤਾਂ ਇਹਨੂੰ ਛੱਡ ਦਿਓ, ਪਤਾ ਲਾਈਨ 'ਚ ਖੜਾ, ਬਾਕੀ ਸਾਰੇ ਸਿੱਖ ਸ਼ਹੀਦ ਹੋ ਗਏ। ਉਹਨੂੰ ਉਹਦੀ ਮਾਤਾ ਦੀ ਅਪੀਲ 'ਤੇ ਉਹਨੂੰ ਬਾਹਰ ਕੱਢ ਲਿਆ। ਉਹ ਨੌਜਵਾਨ ਨੇ ਕਿਹਾ ਮੈਨੂੰ ਤੁਸੀਂ ਲਾਈਨ 'ਚੋਂ ਬਾਹਰ ਕਿਉਂ ਕੱਢਿਆ? ਉਹ ਕਹਿੰਦੇ ਕਿ ਤੇਰੀ ਮਾਂ ਕਹਿੰਦੀ ਹੈ ਤੂੰ ਸਿੱਖ ਨਹੀਂ ਹੈ। ਉਹ ਕਹਿੰਦਾ ਮੇਰੀ ਮਾਂ ਮੇਰੀ ਜਾਨ ਬਚਾਉਣ ਲਈ ਕਹਿੰਦੀ ਹੈ ਪਰ ਮੈਂ ਸਿੱਖ ਹਾਂ। ਕਿਸੇ ਨੂੰ ਵੀ ਉਹਨਾਂ ਨੇ ਸ਼ਹੀਦ ਹੋਣਾ ਮੰਨਿਆ ਪਰ ਇਹ ਨਹੀਂ ਮੰਨਿਆ ਵੀ ਅਸੀਂ ਹਿੰਦੂ ਹਾਂ। ਲਾਈਨ ਲੱਗੀ ਹੈ ਕਿ ਅਸੀਂ ਸਾਰੀਆਂ ਸ਼ਹਾਦਤਾਂ ਸਾਡੀਆਂ ਕੁਰਬਾਨੀਆਂ ਇਹ ਸਾਰੀਆਂ ਨੂੰ ਖਤਮ ਕਰਕੇ ਕਹਿ ਦਈਏ ਵੀ ਸਿੱਖ ਹਿੰਦੂ ਹੁੰਦੇ? ਜਾਂ ਗੁਰੂ ਨਾਨਕ ਸਾਹਿਬ ਦਾ 200 ਸਾਲ ਦਾ ਚਲਾਇਆ ਹੋਇਆ ਮਿਸ਼ਨ, ਦਸਾਂ ਗੁਰੂ ਸਾਹਿਬਾਨਾਂ ਦਾ, ਨਾਲ ਸਾਡੀਆਂ ਸਾਰੀਆਂ ਸ਼ਹਾਦਤਾਂ, ਕੀ ਸਾਰਿਆਂ ਨੂੰ ਅਸੀਂ ਮਿਲ ਗਿਆ ਮੇਟ ਕਰਕੇ ਕਹਿ ਦਈਏ ਵੀ ਗੁਰੂ ਨਾਨਕ ਹਿੰਦੂ ਸੀ? ਸੋ ਇਸ ਕਰਕੇ ਦਾਸ ਬੇਨਤੀ ਕਰੇ ਕਿ ਅੱਜ ਸਮਾਂ ਹੈ ਵਿਚਾਰ ਦਾ। ਜੇ ਸਿੱਖ ਕੌਮ ਦੀ ਆਪਣੀ ਵੱਖਰੀ ਹੋਂਦ ਹੀ ਨਾ ਰਹੀ, ਜੇ ਸਿੱਖ ਧਰਮ ਦਾ ਨਿਆਰਾ ਪਾਣੀ ਨਾ ਰਿਹਾ, ਤਾਂ ਫਿਰ ਇਹ ਗੁਲਾਮੀ ਮੁੜ ਕੇ ਸਾਡੇ ਗਲੋਂ ਕਈ ਸਦੀਆਂ ਨਹੀਂ ਲੈ ਸਕਦੀ। ਔਰ ਇਹਨੂੰ ਬਚਾ ਸਕਦੇ ਤਾਂ ਬਾਹਰਲੇ ਸਿੱਖ ਬਚਾ ਸਕਦੇ ਆ। ਪੰਜਾਬ 'ਚ ਜੋ ਹੁਣ ਹੋਇਆ ਆਪਾਂ ਰੋਜ਼ ਸੁਣਦੇ ਹਾਂ, ਉੱਥੇ ਤਾਂ ਅਗਲੇ ਨੇ ਗੱਲ ਹੀ ਖਤਮ ਕਰ ਦਿੱਤੀ। ਸੋ ਇਸ ਕਰਕੇ ਅੱਜ ਵੇਲਾ ਬਾਹਰਲੇ ਸਿੱਖ ਅਗਰ ਕੁਛ ਕਰ ਸਕਦੇ ਆ ਤਾਂ ਘੱਟੋ ਘੱਟ ਪਹਿਲਾਂ ਆਪਣੀ ਹੋਂਦ ਬਚਾਓ ਭਾਈ, ਕਿ ਸਿੱਖ ਇੱਕ ਵੱਖਰੀ ਕੌਮ ਆ, ਸਾਡਾ ਸਿਧਾਂਤ ਵੱਖਰਾ, ਸਾਡਾ ਗੁਰੂ ਦੁਨੀਆ 'ਚ ਜਿੰਨੇ ਵੀ ਗ੍ਰੰਥ ਆ, ਕੁਰਾਨ ਨੂੰ ਮੁਹੰਮਦ ਸਾਹਿਬ ਵਾਲਾ ਦਰਜਾ ਹੈ ਨਹੀਂ, ਗੀਤਾ ਨੂੰ ਆਪਣਾ ਕ੍ਰਿਸ਼ਨ ਭਗਵਾਨ ਵਾਲਾ ਦਰਜਾ ਹੈ ਨਹੀਂ, ਬਾਈਬਲ ਨੂੰ ਈਸਾ ਮਸੀਹ ਵਾਲਾ ਦਰਜਾ ਹੈ ਨਹੀਂ, ਇੱਕੋ ਇੱਕ ਗ੍ਰੰਥ, ਧਰਮ ਗ੍ਰੰਥ, ਗੁਰੂ ਗ੍ਰੰਥ। ਅਤੇ ਗੁਰੂ ਗ੍ਰੰਥ ਦੇ ਹੁੰਦਿਆਂ ਹੋਇਆਂ ਕੌਮ ਗੁਰੂ ਪੰਥ ਦਾ ਸੰਕਲਪ ਛੱਡ ਕੇ ਪਾਸੇ ਹੋ ਜਾਵੇ ਤਾਂ ਫਿਰ ਤਾਂ ਭਾਈ ਇਹ ਹੈ ਵੀ ਜੋ ਹੁਣ ਸਾਡੇ ਨਾਲ ਇਹ ਹੋ ਰਿਹਾ, ਔਰ ਜਿਹੜੇ ਸਾਡੇ ਦੁਸ਼ਮਣ ਆ ਉਹਨਾਂ ਨੂੰ ਪਤਾ ਕਿ ਇਹਨਾਂ ਦਾ ਸਿਧਾਂਤ ਹੀ ਤੋੜ ਦਿਓ ਜਿਹੜਾ ਕਿ ਤੋੜ ਦਿੱਤਾ ਗਿਆ। ਔਰ ਇਸ ਮੁਲਕ 'ਚ ਵੀ ਇਹ ਸਿਧਾਂਤ ਤੋੜਨ ਦਾ ਕਿੰਨਾ ਕੁਛ ਹੋ ਰਿਹਾ। ਸੋ ਦਾਸ ਸਿਰਫ ਇੱਕ ਬੇਨਤੀ ਕਰੇਗਾ ਕਿ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਕੀ ਚੀਜ਼ ਹੈ, ਅਸੀਂ ਮੰਨੀਏ ਜਾਂ ਨਾ ਮੰਨੀਏ। ਅਕਾਲ ਤਖ਼ਤ ਸਾਹਿਬ 'ਤੇ ਅਟੈਕ ਤੋਂ 3-4 ਦਿਨ ਬਾਅਦ ਹਰਿਮੰਦਰ ਸਾਹਿਬ ਮੁੜ ਕੇ ਮਰਿਆਦਾ ਲਾਗੂ ਨਾ ਹੋ ਸਕੀ। 4-5 ਦਿਨ ਬਾਅਦ ਜਦੋਂ ਸਾਰਾ ਸਾਫ਼ ਸਫਾਈ ਕਰਕੇ ਪਹਿਲੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ 1984 'ਚ ਅਟੈਕ ਤੋਂ ਬਾਅਦ ਹੋਇਆ, ਇਹ ਜਿਹੜਾ ਦਾਸ ਹੁਕਮਨਾਮਾ ਕਹਿਣ ਲੱਗਾ ਤੁਸੀਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਜਾ ਕੇ ਪੜ੍ਹ ਸਕਦੇ ਹਾਂ। ਉਸ ਦਿਨ ਪਹਿਲੇ ਦਿਨ ਹੁਕਮਨਾਮਾ ਕੀ ਆਇਆ, ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। 31 ਅਕਤੂਬਰ 1984 ਜਿਸ ਦਿਨ ਇੰਦਰਾ ਗਾਂਧੀ ਮਰਦੀ ਹੈ, ਉਸ ਦਿਨ ਪੜ੍ਹੋ ਜਾ ਕੇ ਹੁਕਮਨਾਮਾ ਕਿਹੜਾ ਰਿਹਾ ਸੀ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਖਾਇਆ, ਭਗਤਾਂ ਦੀ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆਇਆ। ਪੜ੍ਹੋ ਜਾ ਕੇ ਗੁਰੂ ਗ੍ਰੰਥ ਸਾਹਿਬ ਸਾਡੇ ਹਾਜ਼ਰ, ਔਰ ਇਹ ਫੈਸਲਾ ਵੀ ਦੇ ਰਿਹਾ, ਪਰ ਸਾਡਾ ਵਿਸ਼ਵਾਸ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਰੋਜ਼ ਬੇਅਦਬੀਆਂ ਕਰ ਕਰਕੇ ਸਾਡਾ ਜਿਹੜਾ ਵਿਸ਼ਵਾਸ ਹੈ ਦੂਰ ਕੀਤਾ ਜਾ ਰਿਹਾ। ਸੋ ਦਾਸ ਬੇਨਤੀ ਕਰੇ ਕਿ ਇਸ ਵੇਲੇ ਮੈਂ ਫਿਰ ਬੇਨਤੀ ਕਰਾਂ ਕਿ ਜਿਹੜਾ ਕੀਰਤਨ ਹੈ ਇਹ ਬਹੁਤ ਹੀ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਹੋਇਆ ਸਿਧਾਂਤ ਆ ਵੀ ਭਾਈ ਪਰਮਾਤਮਾ ਨਾਲ ਜੁੜਨਾ ਅਤੇ ਕੀਰਤਨ ਦੇ ਰਾਹੀਂ ਜੁੜਿਆ ਜਾ ਸਕਦਾ। ਇੱਕ ਵਾਰੀ ਫਿਰ ਦਾਸ ਸਮਝਦਾ ਮੈਂ ਪ੍ਰਬੰਧਕਾਂ ਨੂੰ ਵਧਾਈ ਦਿੰਦਾ, ਸਾਰੇ ਜਿਹੜੇ ਜਥੇ ਜਿਨ੍ਹਾਂ ਨੇ ਆ ਕੇ ਇੱਥੇ ਹਾਜ਼ਰੀ ਲਾਈ ਉਹ ਵੀ ਤੰਤਾ ਦੇ ਯੋਗ ਹੈ, ਜਿਨ੍ਹਾਂ ਨੇ ਕੀਰਤਨ ਸਰਵਣ ਕੀਤਾ ਉਹ ਵੀ ਤੰਤਾ ਦੇ ਯੋਗ ਆ। ਦਾਸ ਦੇ ਬੋਲਣ ਨਾਲ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ, ਸਾਧ ਸੰਗਤ ਗੁਰੂ ਦਾ ਰੂਪ ਹੈ ਬਖਸ਼ ਲੈਣਾ, ਭੁੱਲਾਂ ਨਾ ਚਿਤਾਰਦੇ ਹੋਏ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ।